ਚੜ੍ਹਦੀ ਕਲਾ ਦੇ ਸੰਦੇਸ਼ਕ ਸਰਬੱਤ ਦੇ ਭਲੇ ਦੇ ਪ੍ਰੇਰਕ ਮਾਨਵਤਾ ਦੇ ਪਿਆਰੇ ਕੀਰਤੀਆਂ ਦੇ ਪੈਗੰਬਰ ਅਦੁੱਤੀ ਗਾਡੀ ਹਾਰ ਬਾਣੀ ਦੇ ਭੰਡਾਰ ਗਿਆਨ ਦੇ ਪ੍ਰਕਾਸ਼ ਸੱਚ ਦੇ ਚੰਦਰਮਾ ਹਿਰਦੇ ਰੂਪੀ ਸੁੱਕ ਚੁੱਕੇ ਸਰੋਵਰਾਂ ਨੂੰ ਨਾਮ ਰੂਪੀ ਜਲ ਦੇ ਨਾਲ ਭਰਨ ਵਾਲੇ ਗੁਲੇ ਗੁਲਜ਼ਾਰ ਰੌਸ਼ਨੇ ਚਿਰਾਗ ਖਾਲਸਾ ਪੰਥ ਦੀ ਮੌਜੂਦਾ ਸਰਕਾਰ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਗਿਆਨ ਦੇ ਸਾਗਰ ਚੌਂ ਕੁੰਟਾਂ ਦੇ ਮਾਲਕ ਸਰਬ ਕਾਇਨਾਤ ਦੇ ਅੰਦਰ ਵਸ ਰਹੀਆਂ ਰੂਹਾਂ ਨੂੰ ਆਤਮਕ ਸ਼ਾਂਤੀ ਬਖਸ਼ਣ ਵਾਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਪਵਿੱਤਰ ਬਖਸ਼ਿਸ਼ ਦਾ ਸਦਕਾ ਆਪ ਸਰਬ ਸੰਗਤ ਸੰਧਿਆ ਵੇਲੇ ਤੋਂ ਦੀਵਾਨਾਂ ਦੇ ਅੰਦਰ ਹਾਜ਼ਰੀ ਭਰ ਰਹੇ ਹੋ। ਦਾਤੇ ਨੇ ਤਰਸ ਕਰਕੇ ਸਮੂਹ ਸਿੱਖ ਪੰਥ ਕੋ ਇਸ ਵਕਤ ਸੋਦਰ ਬਾਣੀ ਦੇ ਜਾਪ ਕਰਾਏ ਆ। ਸੋਦਰ ਬਾਣੀ ਦੇ ਜਾਪ ਕਰਦਿਆਂ ਉਸ ਪੁਰਖ ਦੀਆਂ ਅਗੰਮੀਆਂ ਬਾਤਾਂ ਪਈਆਂ ਹੋਣਗੀਆਂ ਤੇ ਜਿੱਥੇ ਜਾ ਕੇ ਨਿਤਨੇਮ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਤੋਂ ਸ਼ੁਰੂ ਹੋ ਕੇ ਜਦੋਂ ਸੋ ਪੁਰਖ ਵਾਲੀ ਉਹ ਪੌੜੀ ਆਉਂਦੀ ਹੈ, ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗੰਮਾ ਅਗੰਮ ਅਪਾਰਾ ਸਭ ਧਿਆਮੈ ਸਭ ਧਿਆਮੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ, ਇਹ ਪੂਰੀ ਪੌੜੀ 'ਚ 24 ਵਾਰੀ ਜੀ ਆਇਆ ਗਿਣ ਕੇ। ਇਹ ਜਿਹੜੀ ਪੂਰੀ ਪੌੜੀ ਆ ਨਾ ਸੋ ਪੁਰਖ ਦੀ, ਇਹਦੇ ਵਿੱਚ ਪੂਰੀ 24 ਵਾਰ ਜੀ ਆਇਆ, ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਤੇ ਉਸ ਪਰਮੇਸ਼ਰ ਪੁਰਖ ਨੂੰ ਜੀ ਆਖ ਕੇ ਬੁਲਾਉਣਾ, 24 ਵਾਰੀ ਜੀ ਆਇਆ ਇਸ ਪੌੜੀ ਦੇ ਅੰਦਰ, ਇਸ ਕਰਕੇ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਰ ਮਨੁੱਖ ਮਾਤਰ ਨੂੰ ਸਮਝਾਉਣਾ ਚਾਹੁੰਦੇ ਆ ਵੀ ਜਿਹਨੂੰ ਵੀ ਮਿਲ ਜੀ ਕਰਕੇ ਬੁਲਾ, ਜੀ ਆਇਆਂ ਨੂੰ ਕਰਕੇ ਬੁਲਾ, ਜੇ ਜੀ ਆਇਆਂ ਨੂੰ ਕਰੇਗਾ ਤਾਂ ਤੇਰੀ ਜੀ ਆਇਆਂ ਨੂੰ ਹੋਣੀ ਆ, ਜੇ ਕਿਤੇ ਖੇੜੇ ਮੱਥੇ ਪ੍ਰਵਾਨ ਹੋ ਕੇ ਨਹੀਂ ਮਿਲਦਾ ਤੇ ਫਿਰ ਤੈਨੂੰ ਵੀ ਅਗਲਾ ਸੜ ਕੇ ਮਿਲਣਾ। ਰਫਲੇਸ਼ੀਆ ਨਾਂ ਦਾ ਫੁੱਲ ਹੈ ਸਾਊਥ ਅਫਰੀਕਾ ਦੇ ਜੰਗਲਾਂ ਦੇ ਵਿੱਚ, ਉਹ ਦੁਨੀਆ ਦਾ ਸਭ ਨੂੰ ਖੂਬਸੂਰਤ ਫੁੱਲ ਹੈ ਤੇ ਦੁਨੀਆ ਦਾ ਸਭ ਨੂੰ ਵੱਡਾ ਫੁੱਲ ਹੈ, ਉਹ ਤੋਂ ਉੱਪਰ ਫੁੱਲ ਹੈ ਨਹੀਂ ਕੋਈ। ਉਹਦਾ ਉਧਾਰ 15 ਤੋਂ ਲੈ ਕੇ 70 ਕਿਲੋ ਹੈ, ਉਹ ਐਡਾ ਖੂਬਸੂਰਤ ਹੈ ਪਰ ਉਹਨੂੰ ਦੇਖਣ ਦੀ ਕੰਡੀਸ਼ਨ ਇਹ ਆ, ਉਹਨੂੰ ਦੇਖਣ ਦੀ ਸ਼ਰਤ ਇਹ ਆ ਵੀ ਰਫਲੇਸ਼ੀਆ ਨੂੰ ਤੁਸੀਂ ਕਿਲੋਮੀਟਰ ਦੂਰ ਤੋਂ ਦੇਖ ਸਕਦੇ ਹੋ ਤੇ ਕੋਲ ਨਹੀਂ ਜਾ ਸਕਦੇ, ਤੁਹਾਨੂੰ ਪੂਰਾ 1 ਕਿਲੋਮੀਟਰ ਦੂਰ ਖੜ ਕੇ ਉਹਨੂੰ ਦੇਖਣਾ ਪਏਗਾ, ਤੁਸੀਂ ਉਹਨੂੰ ਹੱਥ ਵੀ ਨਹੀਂ ਲਾ ਸਕਦੇ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਉਹਦੇ ਵਿੱਚੋਂ ਸੜੀ ਹੋਈ ਲਾਸ਼ ਦੀ ਮਹਿਕ ਆਇਆ ਕਰਦੀ ਹੈ। ਹੈ ਉਹ ਧਰਤੀ ਦਾ ਸਭ ਨੂੰ ਵੱਡਾ ਫੁੱਲ, ਹੈ ਉਹ ਧਰਤੀ ਦਾ ਸਭ ਨੂੰ ਖੂਬਸੂਰਤ ਫੁੱਲ, ਪਰ ਉਹਦੇ 'ਚ ਸੜੀ ਹੋਈ ਲਾਸ਼ ਦੀ ਮਹਿਕ ਆਉਂਦੀ ਹੈ। ਇਸੇ ਤਰੀਕੇ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਮਝਾਉਣਾ ਚਾਹੁੰਦੇ ਆ ਵੀ ਜੀ ਆਖ ਪਰਮਾਤਮਾ ਨੂੰ, ਉਹਨੂੰ ਧਿਆਉਣਾ ਕਰ, ਨਹੀਂ ਤਾਂ ਯਾਦ ਰੱਖ ਜਿੰਨੀ ਮਰਜ਼ੀ ਬ੍ਰੈਂਡਡ ਕੱਪੜੇ ਪਾ ਲਈ, ਜਿੰਨੇ ਮਰਜ਼ੀ ਬ੍ਰੈਂਡਡ ਪਰਫਿਊਮ ਲਾ ਲਈ, ਜਿੱਡੀ ਮਰਜ਼ੀ ਬ੍ਰੈਂਡ ਦੀ ਗੱਡੀ ਲੈ ਲਈ, ਜਿੱਦਣ ਦੁਨੀਆ ਨੂੰ ਪਤਾ ਲੱਗਿਆ ਨਾ ਵੀ ਤੇਰੇ ਵਿੱਚੋਂ ਉਹ ਖੁਸ਼ਬੂ ਨਹੀਂ ਆਉਂਦੀ ਜਿਹੜੀ ਆਉਣੀ ਚਾਹੀਦੀ ਆ, ਯਾਦ ਰੱਖ ਦੁਨੀਆ ਤੈਨੂੰ ਰਫਲੇਸ਼ੀਆ ਫੁੱਲ ਵਾਂਗੂ ਦੇਖਣਾ ਪਸੰਦ ਕਰੇਗੀ, ਤੇਰੇ ਨੇੜੇ ਕੋਈ ਨਹੀਂ ਜੇ ਖੜੇਗਾ। ਆਓ ਦਾਤਾ ਤਰਸ ਕਰੇ, ਅਸੀਂ ਰਫਲੇਸ਼ੀਆ ਵਰਗੇ ਫੁੱਲਾਂ ਵਿੱਚ ਨਹੀਂ ਆਉਣਾ, ਅਸੀਂ ਤਾਂ ਉਹਨਾਂ ਫੁੱਲਾਂ 'ਚ ਆਉਣਾ ਹੈ ਜਿਹੜੇ ਫੁੱਲ ਗੁਰੂ ਗ੍ਰੰਥ ਸਾਹਿਬ ਮਰ ਦੇ ਵਿੱਚ ਆਏ ਹੋਏ ਆ, ਉਹ ਫੁੱਲ ਜਦੋਂ ਵੀ ਖਿੜਦੇ ਆ ਅੰਦਰ ਕੁਦਰਤ ਦਾ ਖੜਾਓ ਵਾਸਾ ਹੁੰਦਾ ਹੈ, ਉਸ ਫੁੱਲਾਂ ਬਾਰੇ ਰੋਜ਼ ਪੜ੍ਹਿਆ ਜਾਂਦਾ ਵੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਉਹਨਾਂ ਵਰਗਾ ਸਾਡਾ ਜੀਵਨ ਪੜ੍ਹੇ ਜਿਵੇਂ ਫੁੱਲ ਖਿੜਦੇ ਨੇ, ਉਵੇਂ ਗੁਰੂ ਨਾਨਕ ਦੇ ਮਰਜ ਜਪਜੀ ਸਾਹਿਬ ਦੇ ਵਿੱਚ 4 ਵਾਰੀ ਪੰਕਤੀ ਦਰਜ ਕੀਤੀ ਹੈ ਕਿ ਨਾਨਕ ਭਗਤਾ ਸਦਾ ਵਿਗਾਸ ਤੇਰੇ ਅੰਦਰ ਉਵੇਂ ਖੁਸ਼ੀ ਖੇੜਾ ਰਵੇ ਜਿਵੇਂ ਫੁੱਲਾਂ ਦੇ ਅੰਦਰ ਰਹਿੰਦਾ ਹੈ, ਨਾਨਕ ਭਗਤਨ ਕਹਿ ਕਰ ਸਦਾ ਆਨੰਦ, ਉਹਨਾਂ ਭਗਤਾਂ ਦੇ ਘਰ 'ਚ ਸਦਾ ਹੀ ਆਨੰਦ ਰਹਿੰਦਾ ਹੈ। ਜਿਹੜੇ ਇਹ ਗੱਲ ਸੱਚ ਤੌਰ ਦੇ ਉੱਤੇ ਜਾਣ ਲੈਂਦੇ ਆ, ਕਿਹੜੀ ਗੱਲ ਕਿ ਆਨੰਦ ਸੁਣੋ ਬੜਭਾਗੀਓ ਸਗਲ ਮਨੋਰਥ ਪੂਰੇ, ਜਿਹੜੇ ਆਨੰਦ ਨੂੰ ਸੁਣਦੇ ਆ ਉਹਨਾਂ ਦੇ ਘਰਾਂ 'ਚ ਆਨੰਦ ਆਉਂਦਾ ਹੈ, ਜਿਹੜੇ ਗੰਦ ਨੂੰ ਸੁਣਦੇ ਆ ਉਹਨਾਂ ਦੇ ਘਰਾਂ 'ਚ ਗੰਦ ਆਉਂਦਾ। ਆਓ
ਆਪਾਂ ਆਨੰਦ ਨੂੰ ਸੁਣਦਾ ਹੈ ਤੇ ਆਨੰਦ ਉਦੋਂ ਆਉਂਦਾ ਬੰਦੇ ਨੂੰ ਜਦੋਂ ਬੰਦਾ ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਪ੍ਰਭੂ ਦਾ ਮਾਲਕ ਦਾ ਨਾਮ ਧਿਆਉਂਦਾ ਹੈ। ਤੇ ਜਿਹੜੇ ਇਸ ਹਿਰਦੇ ਰੂਪੀ ਦੇ ਵਿੱਚ ਵਾਸਾ ਕਰਕੇ ਇਸ ਢੰਗ ਨਾਲ ਜਪਦੇ ਨੇ ਕਿ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਵਸਥਾ ਤੁਝੇ ਪਿਆਰਾ, ਦੂਧ ਭਰ ਭੋਜਨ ਸੁਖ ਸੂਦ। ਜੇ ਕਿਤੇ ਇਸ ਢੰਗ ਨਾਲ ਤੂੰ ਅਪਣਾਵੇਂਗਾ, ਇਸ ਢੰਗ ਨਾਲ ਸਿਮਰੇਗਾ, ਤੇਰੇ ਹਿਰਦੇ ਦੇ ਵਿੱਚ ਉਹ ਪ੍ਰੀਤਮ ਦੀਆਂ ਜੜ੍ਹਾਂ ਡੂੰਘੀਆਂ ਹੋਣਗੀਆਂ। ਔਰ ਯਾਦ ਰੱਖ, ਜਿੱਦਣ ਪ੍ਰੀਤਮ ਦੀਆਂ ਜੜ੍ਹਾਂ ਡੂੰਘੀਆਂ ਹੋ ਗਈਆਂ, ਉਦਣ ਟੀਸੀ ਦੇ ਉੱਤੇ ਪਹੁੰਚੇਗਾ। ਔਰ ਉਹ ਟੀਸੀ ਉਹ ਹੈ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਉਦੋਂ ਤੈਨੂੰ ਇਹ ਭਗਤ ਜਿੰਨਾ ਬਾਣੀ ਦਰਜ ਕੀਤੀ ਆ, ਇਹ 39 ਜਾਣੇ ਤੈਨੂੰ ਕਹਿਣਗੇ ਵੀ ਤੂੰ ਸਾਡੇ ਸ਼ਹਿਰ ਦਾ ਵਾਸੀ ਬਣ ਗਿਆ। ਸ਼ਹਿਰ ਦਾ ਵਾਸੀ ਬਦਾ ਉਦੋਂ ਬਣਦਾ ਜਦੋਂ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਇਹ ਗੱਲ ਆਪਣੀ ਜ਼ਿੰਦਗੀ ਚ ਪਾਲ ਲਵੇ ਕਿ ਕਰ ਬੰਦਗੀ, ਛੱਡ ਮੈਂ ਮੇਰਾ ਛੱਡ ਕੇ ਬੰਦਗੀ ਕਰੇ। ਤੇ ਸਾਡੇ ਘਰ ਦੇ ਵਿੱਚ ਬੰਦਗੀ ਦਾ ਪਹਿਲਾ ਪੜਾ ਫਤਿਹ ਜਦੋਂ ਬੁਲਾਉਂਦੇ ਆ, ਦੋ ਵਾਰ ਵਾਹਿਗੁਰੂ ਦਾ ਜਾਪ ਹੁੰਦਾ ਹੈ, ਸਾਹਮਣੇ ਵਾਲਾ ਜਵਾਬ ਦਿੰਦਾ ਹੈ, ਚਾਰ ਵਾਰ ਵਾਹਿਗੁਰੂ ਦਾ ਜਾਪ ਹੁੰਦਾ ਹੈ। ਅਜੀਜ਼ ਦੇ ਬੜੇ ਸੋਹਣੇ ਜੇ ਬਚਨ ਹੈ, ਉਹ ਕਹਿੰਦਾ ਫਤਿਹ ਵਿੱਚ ਹੈ ਫਤਿਹ ਸਮਾਈ, ਫਤਿਹ ਧੁਰ ਦਰਗਾਹ ਤੋਂ ਆਈ, ਫਤਿਹ ਨਾਲ ਗੁਰਮੰਤਰ ਧਿਆਈ, ਫਤਿਹ ਬੈਰ ਵਿਰੋਧ ਮਟਾਈ, ਧੰਨ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਦੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਪਈ ਪ੍ਰਾਪਤ ਮਨੁੱਖ ਦੇਹੁਰੀਆ ਮਨੁੱਖਾ ਜਨਮ ਦੇ ਕੇ ਆਪਣੇ ਦਰਬਾਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ ਸਾਨੂੰ ਚਾਰਾਂ ਨੂੰ। ਧੰਨਵਾਦ ਗੁਰੂ ਕੀ ਸੰਗਤ ਦਾ ਜਿਨ੍ਹਾਂ ਨੇ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਥਾ ਸਾਰਾ ਮਾਣ ਅਤੇ ਪਿਆਰ ਬਖਸ਼ਿਆ। ਧੰਨਵਾਦ ਪੰਜਾਬੀ ਮਾਂ ਬੋਲੀ ਦਾ ਜਿਹਨੇ ਆਪਣੀ ਗੋਦੀ 'ਚ ਜਨਮ ਦਿੱਤਾ, ਆਪਣੀ ਗੋਦੀ 'ਚ ਬਚਪਨ ਖੜਾਇਆ, ਆਪਣੀ ਗੋਦੀ 'ਚ ਪਾਲ ਪੜੋਸ ਕੇ ਜਵਾਨ ਕਰਕੇ ਸਿੱਖ ਇਤਿਹਾਸ ਦੇ ਗੁਰਬਾਣੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸਾਡੇ ਜ਼ਿੰਮੇ ਲਈ ਆ। ਆਓ ਤੁਹਾਡੀ ਸੁਰਤੀ ਲੈ ਕੇ ਚੱਲਿਆ ਉਹ ਸ਼ਹਿਰ ਦੇ ਵਿੱਚ, ਜਿਹੜੇ ਸ਼ਹਿਰ ਦੇ ਵਿੱਚ ਤਿਆਰੀਆਂ ਚੱਲਦੀਆਂ ਪਈਆਂ ਨੇ ਗੁਰਪੁਰਬ ਮਨਾਉਣ ਦੀਆਂ। ਇਹ ਸ਼ਹਿਰ ਮਹਿਮੂਦ ਗਜਨਵੀ ਦੇ ਫੌਜਦਾਰ ਸੁਲਤਾਨ ਖਾਨ ਲੋਧੀ ਨੇ ਵਸਾਇਆ ਸੀ, ਤਾਂ ਕਰਕੇ ਇਹਦਾ ਨਾਂ ਸੁਲਤਾਨਪੁਰ ਹੈ। ਇਹ ਬੜਾ ਵੱਡਾ ਸੈਂਟਰ ਹੈ ਸੁਲਤਾਨਪੁਰ, ਇਸ ਕਰਕੇ ਬੜਾ ਵੱਡਾ ਸੈਂਟਰ ਹੈ ਸੁਲਤਾਨਪੁਰ। ਅਕਬਰ ਸੁਲਤਾਨਪੁਰ ਲੋਧੀ ਪੜ੍ਹਿਆ, ਦਾਰਾ ਸ਼ਕੋ ਸੁਲਤਾਨਪੁਰ ਲੋਧੀ ਪੜ੍ਹਿਆ, ਸ਼ਹਿਜ਼ਾਦਾ ਸਲੀਮ ਸੁਲਤਾਨਪੁਰ ਲੋਧੀ ਪੜ੍ਹਿਆ, ਇੱਥੋਂ ਤੱਕ ਸ਼ਾਹਜਹਾਂ ਉਹ ਵੀ ਸੁਲਤਾਨਪੁਰ ਲੋਧੀ ਪੜ੍ਹਿਆ, ਔਰੰਗਜ਼ੇਬ ਸੁਲਤਾਨਪੁਰ ਲੋਧੀ ਪੜ੍ਹਿਆ। ਔਰੰਗਜ਼ੇਬ ਦੇ ਮੰਦਿਰ ਢਾਉਣ ਦਾ ਇੱਕ ਸੰਖੇਪ ਜਿਹਾ ਕਾਰਨ ਦੱਸਣ ਲੱਗਿਆ, ਸੁਲਤਾਨਪੁਰ ਲੋਧੀ ਦੀ ਧਰਤੀ ਦੇ 7 ਸਾਲਾਂ ਦਾ ਔਰੰਗਜ਼ੇਬ ਪੜ੍ਹਦਾ ਪਿਆ। ਇੱਕ ਦਿਨ ਜਦੋਂ ਮਸੀਤੇ ਦੇ ਵਿੱਚੋਂ ਅਰਬੀ ਫਾਰਸੀ ਸਿੱਖ ਕੇ ਸੁਲਤਾਨਪੁਰ ਲੋਧੀ ਆਪਣੇ ਘਰ ਦੇ ਵਿੱਚ ਜਾਣ ਲੱਗਿਆ, ਸੁਲਤਾਨਪੁਰ ਲੋਧੀ ਰਾਜੇ ਮਹਾਰਾਜਾ ਲਈ ਵੱਖਰੀਆਂ ਸਰਾਵਾਂ ਬਣਾਈਆਂ ਸਨ, ਜਦੋਂ ਆਪਣੇ ਕਮਰੇ ਵਿੱਚ ਉਹਨੇ ਜਾਣਾ, ਇਹਦੇ ਹਾਣੀ ਨਾਲ ਨੇ ਤੇ ਕੁਝ ਹਿੰਦੂ ਚੰਦ ਹਿੰਦੂ ਪਰਿਵਾਰਾਂ ਦੇ ਬੱਚੇ ਦੇ ਨਾਲ ਨੇ, ਉਹ ਮੰਦਿਰ 'ਚ ਮੱਥਾ ਟੇਕਣ ਜਾਣ ਲੱਗੇ ਆ। ਤੇ ਇਹ ਇੱਕ ਗੱਲ ਕਹਿੰਦਾ ਮੈਂ ਵੀ ਜਾਣਾ ਹੈ। ਉਦੋਂ ਹਿੰਦੂ ਮੰਦਿਰ ਦੇ ਪੁਜਾਰੀ ਨੇ ਇਹਨੂੰ ਰੋਕ ਦਿੱਤਾ, ਕਹਿੰਦਾ ਤੂੰ ਮੁਸਲਮਾਨ ਹੈ, ਤੂੰ ਅੰਦਰ ਮੱਥਾ ਨਹੀਂ ਟੇਕ ਸਕਦਾ। ਇਹਨੇ 7 ਸਾਲਾਂ ਦੀ ਉਮਰ ਦੇ ਵਿੱਚ ਇੱਕ ਫੈਸਲਾ ਕੀਤਾ ਸੀ, ਕਹਿੰਦਾ ਜਿਹੜੇ ਮੰਦਿਰ ਦੇ ਵਿੱਚ ਮੈਨੂੰ ਨਹੀਂ ਨਾ ਵੜਨ ਦਿੱਤਾ ਗਿਆ, ਮੈਂ ਭਾਰਤ ਦੀ ਧਰਤੀ ਦਾ ਜਿੱਦਣ ਰਾਜਾ ਬਣਿਆ ਬਾਦਸ਼ਾਹ ਬਣਿਆ, ਮੈਂ ਭਾਰਤ ਦੀ ਧਰਤੀ 'ਤੇ ਇੱਕ ਮੰਦਿਰ ਨਹੀਂ ਰਹਿਣ ਦਿਆਂਗਾ। ਅਤੇ ਯਾਦ ਰੱਖਿਓ 1000 ਮੰਦਿਰ ਢਾਇਆ ਔਰੰਗਜ਼ੇਬ ਨੇ, 1000 ਮੰਦਿਰ। ਬੁੰਦੇਲੇ ਵੀਰ ਸਿੰਘ ਬੁੰਦੇਲੇ ਦਾ ਬਣਿਆ 33 ਲੱਖ ਦਾ ਮੰਦਿਰ, ਉਸ ਵਕਤ 33 ਲੱਖ ਰੁਪਇਆ ਲਾ ਕੇ ਵੀਰ ਸਿੰਘ ਬੁੰਦੇਲੇ ਨੇ ਮੰਦਿਰ ਤਿਆਰ ਕਰਵਾਇਆ ਸੀ, 1 ਸਕਿੰਟ ਲਵਾਇਆ ਸੀ ਇਸ ਔਰੰਗਜ਼ੇਬ ਨੇ ਕਿ ਵੀਰ ਸਿੰਘ ਬੁੰਦੇਲੇ ਦੇ ਮੰਦਿਰ ਦੀਆਂ ਧੱਜੀਆਂ ਉਡਾ ਕੇ ਰੱਖ ਦਿਓ, ਪੂਰਾ 1000 ਮੰਦਿਰ ਢਾਇਆ। ਖੈਰ ਸੁਲਤਾਨਪੁਰ ਲੋਧੀ 32 ਬਾਜ਼ਾਰ ਸੀ ਇਸ ਸੁਲਤਾਨਪੁਰ ਲੋਧੀ ਦੇ, ਤੇ 2 ਸਾਲ 10 ਮਹੀਨੇ ਨੌਕਰੀ ਕਰਕੇ ਇੱਕ ਮਜਮੂਨ ਹੈ, ਜੇ ਕਿਤੇ ਮੌਕਾ ਮਿਲਿਆ ਜਸਵੰਤ ਜਫਰ ਦੀ ਇੱਕ ਕਿਤਾਬ ਹੈ ਸਿੱਖ ਸੂ ਖੋਜ ਲੈ, ਉਹਦੇ ਵਿੱਚ ਇੱਕ ਲੇਖ ਹੈ ਗੁਰੂ ਨਾਨਕ ਦੇ ਮਰਜ ਬੁੱਢੇ ਨਹੀਂ ਸਨ। ਅੱਜ ਤਾਂ ਤਸਵੀਰਾਂ ਬਣਾਈਆਂ ਜਾ ਰਹੀਆਂ ਨੇ ਗੁਰੂ ਨਾਨਕ ਦੇ ਮਰ ਦੀ ਚਿੱਟੀ ਦਾੜੀ ਹੈ, ਤਸਵੀਰ ਦੇ ਨਾਲ ਸਾਡਾ ਸੰਬੰਧ ਨਹੀਂ ਆ, ਪਰ ਤਸਵੀਰ ਉਨੀ ਦੇਰ ਤੱਕ ਬੱਚੇ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ ਜਿੰਨੀ ਦੇਰ ਤੱਕ ਪੜ੍ਹਾਉਣਾ ਹੋਵੇ ਕਿ A4 Apple ਹੈ, B4 Ball ਹੈ। ਕਿਸੇ ਵਕਤ ਬੱਚਾ ਉਸ ਸੁਰਤੀ ਦੇ ਵਿੱਚ ਆਉਂਦਾ ਹੈ, ਮੁੜ ਕੇ ਉਹ ਕਿਤਾਬਾਂ ਪਾਸੇ ਕਰਕੇ ਬੱਚੇ ਦੇ ਸਾਹਮਣੇ ਇੱਕ ਅੱਖਰਾਂ ਦੀ ਕਿਤਾਬ ਰੱਖੀ ਜਾਂਦੀ ਹੈ ਜਿੰਨਾ ਅੱਖਰਾਂ ਨਾਲ ਬੱਚਾ ਖੇਡਿਆ ਕਰਦਾ, ਤਸਵੀਰ ਦਾ ਕਿਤੇ ਤੱਕ ਅਹਿਮੀਅਤ ਹੈ। ਹੁਣ ਜਿਹੜੀਆਂ ਤਸਵੀਰਾਂ ਗੁਰੂ ਨਾਨਕ ਦੇਵ ਮਰਜ ਦੀਆਂ ਨੇ, ਦਾੜੀ ਬੜੀ ਚਿੱਟੀ ਹੈ, ਜਿੱਦਣ ਸ਼੍ਰੀ ਗੁਰੂ ਨਾਨਕ ਦੇਵ ਮਰਜ ਨੇ ਤੁਰਨਾ, ਪੂਰੇ 2 ਸਾਲ 10 ਮਹੀਨੇ ਨੌਕਰੀ ਕਰਕੇ ਉਹ ਸ਼ਹਿਰ
सुल्तानपुर लोधी बत्तियां बाजारां वाला 38 साल की पूरी उम्र है, 38 साल की उम्र है जिदन गुरु नानक देव मर्ज उदासी ते तुर लगे है। और पहली उदासी जिहड़ी है वह 30 अगस्त 1507 तो स्टार्ट होनी है, 1507 तो लैके 1515 तक पहली उदासी, दूजी उदासी 1515 के अद्ध तो लैके 1517 तक, तीजी उदासी जिहड़ी की गुरु नानक देव मर्ज ने 1518 तो आरंभ की है। डेट नोट कर लियो जे 30 अगस्त 1507 गुरु नानक देव मर्ज जवाहर मल के चौहटे तो एक पिप्पल दे हेठों गुरु नानक देव मर्ज ने अपना प्रचारक दौरा शुरू किया है। और इस प्रचारक दौरे के अंदर यह जड़ी पहली उदासी है, सवा 8 साल की उदासी है, 3015 दिन के अंदर गुरु नानक देव मर्ज 6862 मील तुरे है। गुरु नानक देव मर्ज भाई दुनी चंद नूं जगा के गुरु नानक देव मर्ज उदासी तो पहला अपने एक कीर्ति सिख के घरे चले है। याद रखियो एक अजीब भाणा वापरिया सी सुल्तानपुर लोधी दी धरती दे उत्ते, मलसिया पिंड दा लंबरदार जिहड़ा काली माता दा भगत सी। भगती करनी चाहीदी है, अपने अपने अकीदे च विश्वास रखो, अपने अपने धार्मिक ग्रंथा च विश्वास रखो, पर भगत नामदेव जी महाराज दा एक शब्द है जिहड़ा यह गल अपनी जिंदगी च पाली फिरदा है, ओ जिहड़े गुरमत दे पांदी है, जिहड़े रात दिन एक गल पढ़दे आ ना भी सब सिखन को हुकम है गुरु मान्यो ग्रंथ, ओ एक गल हुण अपने कन दे विच ते अपने मस्तक दे विच बाड़ लैण, ओ ए कि हुण मौका आउणा है, श्राद्ध मुक्के है ते आउंदे वक्त नूं बरत आउणे आ, ते साडियां पता नहीं किन्नियां सिखां दियां बीबियां ने ते सिखां दे बच्चां बरत रखणे आ, ते जिहड़े माता दा बरत रखणा चाहुंदे मुबारक, जिन्हां दा धर्म रखण है जेड़े सिख हो के वरत रखते पे उन्होंने भगत नामदेव जी महाराज का यह शब्द सुन लैन। एक काली माता का भगत सी मलसिया पिंड का लंबरदार, यह जदों आया सुल्तानपुर लोधी की धरती के उत्ते राशन खरीदन, ते ये गुरु नानक देव महाराज वो अपनी मौज दे विच बैठे आ। और एक गल मैं कह चलिया गुरु घर दा ढाडियां ते सच कहण दा आदियां, एक वह मोदी है जिहदा 550 साल आल बल्ड मनाउणा चाहुंदा है, एक वह मोदी है जिहदा आउंदे वक्त नूं 550 साल आल बल्ट मनाउणा चाहुंदा है, एक होर मोदी है उहने की करके जाणा आउंदे वक्त नूं दुनिया खड़ी दिखेगी, आउंदे वक्त नूं दुनिया ने अखां च अखां भर के देखना भी उहने करके की जाणा। खैर यह मजमून नहीं है, सानूं तां अपना मोदी पसंद है गुरु नानक देव मर्ज जिहदे वर्गा। और बा कमाल बात है, शिकायतां लगदियां रहियां कि मोदी खाना लुट के खा गया, फिर भी किसी ने 138 किसी ने 174 100 रुपए तो उपर ही वध्या सी गुरु नानक देव मर्ज वल ते देने पै गए सी गुरु नानक देव मर्ज। आओ उस गुरु का 550 साल मनाउणा है, जिदण मलसिया पिंड का लंबरदार भाई भगीरथ यह पहुंचया ना गुरु नानक देव मर्ज के सुल्तानपुर लोधी के मोदी खाने के राशन खरीदण लई, ते गुरु नानक देव मर्ज बैठे है, बैठण ते गुरु नानक देव मर्ज को आया कहिंदा मोदी भाई राशन पा, गुरु नानक देव मर्ज राशन पाया ढेरी, जिवें अपना साडे सारे घर दा राशन हुंदा ना जिच सारियां आइटमां हुंदियां साबण तेल जो खाण पीण दा समान जो साडे घर च, उहनूं पूरे एक राशन दी जिहड़ी पूरियां सारियां आइटमां हुंदियां साडे घर दे विच जिहड़ा महीने दा राशन है उहनूं एक ढेरी आख्या जांदा पंजाबी दे विच, एक ढेरी। गुरु नानक देव मर्ज पूरी एक ढेरी पाई ते गिणिया एक, गुरु नानक देव मर्ज दूजी ढेरी पाई ते गिणिया एक, गुरु नानक देव मर्ज तीजी ढेरी पाई ते गिणिया एक। भाई भगीरथ ने बांह फड़ लियो कहिंदा तैं मोदी खाना लटा देना, तीन ढेरियां पातियां एक गिणी जाना, तैनूं गिणती नहीं सिखाई किसी ने, वह तैनूं नौकरी तो कढ देणगे। गुरु नानक देव मुस्कुरा के कहिंदे हथ परां कर गुरु नानक सतगुरु, चौथी ढेरी पाई ते गिणिया एक, कहिंदा कमाल करी जाना बाबा चार ढेरियां पातियां एक गिणी जाना, पंजवीं ढेरी पाई सतगुरु गिणिया एक, वह कहिंदा हिसाब किताब सिख ला पांच ढेरियां होईयां एक ही गिणी जाना, गिणती नहीं आउंदी एक तो अगे। गुरु नानक देव मर्ज मुस्कुरा के छेवीं ढेरी पाई ते गिणिया एक, कहिंदा बाबा कमाल ही होई पई आ, छे ढेरियां पा गईआं एक गिणी जाना। सतगुरु ने सतवीं ढेरी पाई ते कहिंदा सत, वह कहिंदा हद हो गई बाबा विच दो तीन चार पांच छे आउंदे तू सीधा ही सत ते। गुरु नानक देव मर्ज मुस्कुराई जांदे आ ते भाई भगीरथ वल तक्की जांदे आ। अठवीं ढेरी पाई सतगुरु गिणिया सत, नौवीं ढेरी पाई ते गिणिया सत, ग्यारहवीं पाई ते सत, बारहवीं पाई ते सत, जदों पाई तेरहवीं ढेरी ते सतगुरु कहिंदे तेरा, वह कहिंदा बाबा एक तो सत, सत तो सीधा ही तेरा, कमाल करती लगदा पढ़ाया नहीं मां प्यो ने। गुरु नानक देव मर्ज मन च मुस्कुरा के कहिंदे तेनू की पता भी पटवारी का पोता रमजा केड़ी है, अज तेनू भी पता लगनी है। बड़े
ਮੋਦੀਆਂ ਕੋ ਜਾ ਜਾ ਕੇ ਰਾਸ਼ਨ ਖਰੀਦਿਆ। ਇਸ ਭਾਈ ਭਗੀਰਥ ਨੇ ਆਪਣੀ ਘਰਵਾਲੀ ਨੂੰ ਜਾ ਕੇ ਜਾਦਾ ਹੁੰਦਾ ਸੀ ਵੀ ਉਹਦੇ ਵੱਲ 20 ਰੁਪਏ ਵੱਧ ਗਏ ਸੀ, ਉਹ ਭੁਲੇਖੇ ਨਾ ਕਿਤੇ ਉਹਦੇ ਕੋ ਹਿਸਾਬ ਕਿਤਾਬ 'ਚ ਗਲਤੀ ਹੋ ਗਈ ਤੇ 20 ਰੁਪਏ ਮੈਨੂੰ ਵੱਧ ਦੇ ਗਿਆ। ਬੜੇ ਮੋਦੀਆਂ ਦੀਆਂ ਕਹਾਣੀਆਂ ਦੱਸਦਾ ਹੁੰਦਾ ਸੀ ਘਰੇ ਜਾ ਕੇ ਆਪਣੀ ਘਰਵਾਲੀ ਨੂੰ ਵੀ ਆਹ ਮੋਦੀ ਹਿਸਾਬ 'ਚ ਕੱਚਾ ਸੀ ਤੇ ਮੈਂ ਪੱਕਾ ਸੀ, ਮੈਂ ਢੇਰੀ ਵੱਧ ਪਵਾ ਕੇ ਆ ਗਿਆ, ਮੈਂ 20 ਰੁਪਏ ਉਹਦੇ ਕੋ ਵੱਧ ਲੈ ਕੇ ਆ ਗਿਆ। ਪਰ ਆਹ ਇਹ ਵੱਖਰਾ ਜਿਹਾ ਨਜ਼ਾਰਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ। 14ਵੀਂ ਢੇਰੀ ਪਾਈ ਸਤਿਗੁਰੂ ਗਿਣਿਆ 13, 15ਵੀਂ ਢੇਰੀ ਪਾਈ ਤਾਂ ਸਤਿਗੁਰੂ ਗਿਣਿਆ 13। ਉਹ ਕਹਿੰਦਾ ਬਾਬਾ ਬਸ ਕਰ, 15 ਢੇਰੀਆਂ ਹੋ ਗਿਆ ਤਾਂ ਮੋਦੀ ਖਾਨਾ ਲਟਾ ਦੇਣਾ, ਮੈਂ ਹੀ ਗੱਡਾ ਭਰ ਕੇ ਲੈ ਜਾਂਦਾ ਆਪਦੇ ਪਿੰਡ ਨੂੰ। ਮਲਸੀਆ ਪਿੰਡ ਦਾ ਲੰਬਰਦਾਰ ਜਦੋਂ ਜਾਣ ਲੱਗਿਆ, ਸਤਿਗੁਰੂ ਕਹਿੰਦੇ ਪੁੱਛੇਗਾ ਨਾ, ਬੜਾ ਪੁੱਛੀ ਜਾਂਦਾ ਸੀ ਵੀ ਗਿਣਤੀ, ਕਹਿੰਦਾ ਬਾਬਾ ਗਿਣਤੀ ਨਹੀਂ ਆਉਂਦੀ। ਕਹਿੰਦੇ ਗਿਣਤੀ ਤਾਂ ਲੱਖ ਤੱਕ ਆਉਂਦੀ ਆ, ਕਰੋੜ ਤੱਕ ਆਉਂਦੀ ਆ। ਕਹਿੰਦਾ ਫਿਰ ਆਹ ਇੱਕ ਇੱਕ 7 ਤੇ 13 ਹੀ ਕਿਉਂ ਗਿਣੇ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਬਹੁਤ ਪਿਆਰੇ ਲੱਗਦੇ। ਕਹਿੰਦੇ ਕਿਉਂ? ਕਿਉਂਕਿ ਇੱਕ ਉਹ ਰੱਬ ਇੱਕ ਹੈ, 7 ਦਾ ਅਰਥ ਉਹਦਾ ਨਾਮ ਸੱਚਾ ਹੈ ਤੇ ਸਭ ਕੁਝ 13 ਤੇਰਾ ਹੀ ਆ, ਮੇਰਾ ਮੇਰਾ ਕਰਨੀ ਛੱਡ ਦੇ। ਮਲਸੀਆਂ ਪਿੰਡ ਦੇ ਲੰਬਰਦਾਰ ਨੇ ਹੋਰ ਕੁਝ ਨਹੀਂ ਜੇ ਸੁਣਿਆ, ਆਹ 3 ਅੱਖਰ ਸੁਣੇ ਸਨ, 1 7 ਤੇ 13। ਜਦੋਂ ਘਰੇ ਜਾ ਕੇ ਘਰਵਾਲੀ ਨੇ ਪਾਣੀ ਫੜਾਇਆ, ਕਹਿੰਦੀ ਅੱਜ ਗੁੰਮਸੁੰਮ ਹੋਇਆ, ਪਰ ਤਾਂ ਰਾਸ਼ਨ ਬੜਾ ਲੈ ਕੇ ਆਇਆ, ਲੱਗਦਾ ਕੋਈ ਮੋਦੀ ਲੁੱਟ ਕੇ ਲੈ ਕੇ ਆਇਆ। ਕਹਿੰਦਾ ਅੱਜ ਮੋਦੀ ਕਿੱਥੋਂ ਲੁੱਟ ਕੇ ਲੈ ਕੇ ਆਣਾ, ਅੱਜ ਵਾਲੇ ਮੋਦੀ ਨੇ ਤਾਂ ਮੈਨੂੰ ਲੁੱਟ ਲਿਆ। ਕਹਿੰਦਾ ਉਹਨੇ ਗਿਣੇ ਹੀ 1 7 ਤੇ 13 ਤੇ ਗਿਣਤੀ ਇਹੋ ਜਿਹੀ ਗਣਾ ਗਿਆ, ਮੇਰੇ ਦਿਮਾਗ 'ਚ ਘੁੰਮੀ ਜਾਂਦੀ ਆ। ਉਹ ਤੋਂ ਬਾਅਦ ਸਾਰਾ ਪਰਿਵਾਰ ਭਾਈ ਭਗੀਰਥ ਦਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕੀਰਤਨ ਕਰਨ ਆਉਂਦਾ ਰਿਹਾ। ਐਵੇਂ ਹੀ ਬੜੇ ਗੁਰੂ ਕੇ ਪਿਆਰੇ ਰਹਿੰਦੇ ਆ। ਗੁਰੂ ਨਾਨਕ ਦੇਵ ਮਹਾਰਾਜ ਲਾਹੌਰ ਦੀ ਧਰਤੀ ਦੇ ਉੱਤੇ, ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਸਿੱਖ ਹੈ, ਉਹਦਾ ਨਾਂ ਏਮਨਾਬਾਦ ਪਿੰਡ ਹੈ, ਹੁਣ ਉਹਨੂੰ ਏਮਨਾਬਾਦ ਆਖਿਆ ਜਾਂਦਾ, ਸੈਦਪੁਰ ਸੀ ਪਹਿਲਾਂ ਉਸ ਪਿੰਡ ਦਾ ਨਾਂ, ਸੈਦਪੁਰ ਦੀ ਧਰਤੀ ਦੇ ਉੱਤੇ ਪਹੁੰਚੇ ਆ। ਉਸ ਕੀਰਤੀ ਸਿੱਖ ਦਾ ਨਾਂ ਭਾਈ ਲਾਲੋ ਹੈ। ਭਾਈ ਲਾਲੋ ਦੇ ਘਰ ਦੇ ਵਿੱਚ ਜਾਣਾ ਹੈ, ਭਾਈ ਲਾਲੋ ਫਰਨੀਚਰ ਦਾ ਕੰਮ ਕਰਦਾ, ਭਾਈ ਲਾਲੋ ਕੀਰਤੀ ਸਿੱਖ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪਤਾ ਲੱਗਿਆ ਵੀ ਕਿਸੇ ਦੇ ਘਰ ਦੇ ਵਿੱਚ ਭਾਈ ਲਾਲੋ ਜਿਹੜਾ ਉਹ ਕੰਮ ਕਰਦਾ ਪਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਜਾ ਕੇ ਪਹੁੰਚੇ ਆ, ਮਿੱਠੇ ਮਿੱਠੇ ਬਾਣੀ ਦੇ ਕੀਰਤਨ ਦੀਆਂ ਧੁਨਾਂ ਜਦੋਂ ਵੱਜਣ ਲੱਗੀਆਂ, ਗੁਰੂ ਨਾਨਕ ਦੇਵ ਮਹਾਰਾਜ ਭਾਈ ਲਾਲੋ ਦੇ ਜਦੋਂ ਘਰ ਦੇ ਵਿੱਚ ਗਏ ਆ, ਕੁੰਡਾ ਜਾ ਕੇ ਖੜਕਾਇਆ, ਕਹਿਣ ਲੱਗੇ ਭਾਈ ਪਿਆਰੇ ਕੁੰਡਾ ਖੋਲ। ਤੇ ਭਾਈ ਲਾਲੋ ਕਹਿੰਦਾ ਅੱਜ ਤੱਕ ਕਿਸੇ ਨੇ ਭਾਈ ਕਹਿ ਕੇ ਆਵਾਜ਼ ਨਹੀਂ ਮਾਰੀ, ਪਿਆਰਾ ਕਹਿ ਕੇ ਆਵਾਜ਼ ਨਹੀਂ ਮਾਰੀ, ਇਹ ਭਾਈ ਕਹਿਣ ਵਾਲਾ ਕੌਣ ਆ ਗਿਆ, ਪਿਆਰਾ ਕਹਿਣ ਵਾਲਾ ਕੌਣ ਆ ਗਿਆ? ਗੁਰੂ ਨਾਨਕ ਦੇਵ ਮਹਾਰਾਜ ਕੁੰਡਾ ਖੋਲਿਆ, ਕਹਿਣ ਲੱਗਿਆ ਤੁਸੀਂ ਗੁਰੂ ਨਾਨਕ? ਕਹਿਣ ਲੱਗੇ ਹਾਂ। ਅੰਦਰ ਦਾਖਲ ਹੋਏ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਭਾਈ ਲਾਲੋ ਕੀ ਕਰਦਾ ਪਿਆ ਸਾਂ? ਕਹਿਣ ਲੱਗਿਆ ਜੀ ਪਾਵੇ ਘੜਦਾ ਸੀ, ਗੁੱਲੀਆਂ ਘੜਦਾ ਸੀ, ਗੁੱਲੀਆਂ ਘੜਦਾ ਸੀ, ਪਾਵੇ ਘੜਦਾ ਸੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਲਾਲੋ ਸਾਰੀ ਉਮਰ ਪਾਵੇ ਹੀ ਘੜੀ ਜਾਏਗਾ, ਗੁੱਲੀਆਂ ਹੀ ਘੜੀ ਜਾਏਗਾ, ਕਦੇ ਮਨ ਵੀ ਘੜਿਆ ਹੀ, ਕਦੇ ਮਨ ਨੂੰ ਵੀ ਘੜਨਾ ਕੀਤਾ, ਕਦੇ ਮਨ ਵੀ ਘੜਿਆ, ਇਹੋ ਜਿਹੀ ਜਾਗ ਲਾਉਣ ਲੱਗੇ ਆ। ਔਰ ਭਾਈ ਲਾਲੋ ਉਹਦੇ ਘਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਆਏ ਆ, ਭਾਈ ਲਾਲੋ ਜੀ ਆਇਆਂ ਨੂੰ ਆਖਣ ਲੱਗਿਆ, ਭਾਈ ਲਾਲੋ ਬੜੇ ਸਤਿਕਾਰ ਦੇ ਨਾਲ ਮੰਜੇ ਦੇ ਉੱਤੇ ਬਿਠਾਉਣ ਲੱਗਿਆ। ਔਰ ਮੇਰਾ ਗੁਰੂ ਨਾਨਕ ਦੇਵ ਮਹਾਰਾਜ ਬਾਰੇ ਇੱਕ ਗੱਲ ਆਖੀ ਜਾਂਦੀ ਆ ਵੀ ਸਤਿਗੁਰ ਯਾਰ ਗਰੀਬਾਂ ਦਾ, ਆ ਗਰੀਬਾਂ ਦੀ ਯਾਰੀ ਕਿਵੇਂ ਪਰਵਾਣੀ ਹੈ ਤੇ ਗਰੀਬਾਂ ਨਾਲ ਕਿਵੇਂ ਯਾਰੀ ਨਿਭਾਉਣੀ ਆ। ਗੁਰੂ ਨਾਨਕ ਦੇਵ ਮਹਾਰਾਜ ਨੇ ਆ ਜਿਵੇਂ ਭਾਈ ਲਾਲੋ ਨੇ ਸਵਾਗਤ ਕੀਤਾ ਤੇ ਗੁਰੂ ਨਾਨਕ ਦੇਵ ਮਹਾਰਾਜ ਜਿਵੇਂ ਸੈਦਪੁਰ ਦੀ ਧਰਤੀ ਦੇ ਵਿੱਚ ਭਾਈ ਲਾਲੋ ਦੀ ਕੁੱਲੀ ਦੇ ਵਿੱਚ ਪਹੁੰਚੇ ਆ, ਭਾਈ ਲਾਲੋ ਦੇ ਘਰੇ ਪਹੁੰਚੇ ਆ, ਆਪ ਰੱਬ ਵਰਗੀ ਸੰਗਤ ਦੇ ਸਾਹਮਣੇ ਸੈਦਪੁਰ ਪਿੰਡ ਦੀ ਤਸਵੀਰ, ਗੁਰੂ ਨਾਨਕ ਦੇਵ ਮਹਾਰਾਜ ਭਾਈ ਲਾਲੋ ਦੇ ਘਰੇ ਜਿਵੇਂ ਗਏ ਆ, ਲੁਧਿਆਣੇ ਵਾਲਿਆਂ ਦਾ ਢਾਡੀ ਜੱਥਾ ਇਉਂ ਬਿਆਨ ਕਰਦਾ।
ਬਸ ਵਿੱਚ ਹੋ ਕੇ ਲਾਲੋ ਦੇ ਪਿਆਰ ਦੇ ਦੇਖੋ ਕਿਵੇਂ ਗੁਰੂ ਪਾਪੀਆਂ ਨੂੰ ਤਾਰਦੇ ਬਸ ਵਿੱਚ ਹੋ ਕੇ ਲਾਲੋ ਦੇ ਪਿਆਰ ਦੇ ਦੇਖੋ ਕਿਵੇਂ ਗੁਰੂ ਪਾਪੀਆਂ ਨੂੰ ਤਾਰਦੇ ਬਸ ਵਿੱਚ ਹੋ ਕੇ ਲਾਲੋ ਦੇ ਪਿਆਰ ਦੇ ਦੇਖੋ ਕਿਵੇਂ ਗੁਰੂ ਪਾਪੀਆਂ ਨੂੰ ਤਾਰਦੇ ਅਰੇ ਬਾਬਾ ਸੋਧਣੇ ਲੁਕਾਈ ਪੁੱਲੀ ਨੂੰ ਲੁਕਾਈ ਪੁੱਲੀ ਨੂੰ ਪੱਗ ਲਾਉਣ ਚੱਲੇ ਪੱਗਤਾਂ ਦੀ ਕੁੱਲੀ ਨੂੰ ਪੱਗਤਾਂ ਦੀ ਕੁੱਲੀ ਨੂੰ ਪੱਗ ਲਾਉਣ ਚੱਲੇ ਪੱਗਤਾਂ ਦੀ ਕੁੱਲੀ ਨੂੰ ਪੱਗਤਾਂ ਦੀ ਕੁੱਲੀ ਨੂੰ ਲਾਲੋ ਦੇ ਦਤਾਰ ਜੀ ਕੋਥਰੇ ਦੀ ਰੋਟੀ ਲਾਲੋ ਕੀਤੀ ਤਿਆਰ ਜੀ ਪੁੱਜ ਗਏ ਨੇ ਘਰ ਲਾਲੋ ਦੇ ਦਤਾਰ ਜੀ ਕੋਥਰੇ ਦੀ ਰੋਟੀ ਲਾਲੋ ਕੀਤੀ ਤਿਆਰ ਜੀ ਰੇਤ ਵਿੱਚ ਛਾਲ ਰਹੇ ਰੇਤ ਟੁੱਲੀ ਨੂੰ ਹਾਂ ਰੇਤ ਟੁੱਲੀ ਨੂੰ ਪੱਗ ਲਾਉਣ ਚੱਲੇ ਪੱਗਤਾਂ ਦੀ ਕੁੱਲੀ ਨੂੰ ਪੱਗਤਾਂ ਦੀ ਕੁੱਲੀ ਨੂੰ ਪੱਗ ਲਾਉਣ ਚੱਲੇ ਪੱਗਤਾਂ ਦੀ ਕੁੱਲੀ ਨੂੰ ਪੱਗਤਾਂ ਦੀ ਕੁੱਲੀ ਨੂੰ ਭੋਜਨ ਪ੍ਰੇਮ ਨਾਲ ਜੀ ਪੰਛੀ ਮਰਦਾਨਾ ਹੋ ਗਿਆ ਨਿਹਾਲ ਜੀ ਗੁਰੂ ਖਾਂਦਾ ਭੋਜਨ ਪਿਆਰ ਨਾਲ ਜੀ ਪੰਛੀ ਮਰਦਾਨਾ ਹੋ ਗਿਆ ਨਿਹਾਲ ਜੀ ਲਾਤਾ ਗੁਰਾਂ ਨੇ ਜਨਮਾਂ ਦੀ ਉੱਲੀ ਨੂੰ ਜਨਮਾਂ ਦੀ ਉੱਲੀ ਨੂੰ ਪੱਗ ਲਾਉਣ ਚੱਲੇ ਪੱਗਤਾਂ ਦੀ ਕੁੱਲੀ ਨੂੰ ਪੱਗਤਾਂ ਦੀ ਕੁੱਲੀ ਨੂੰ ਜੀ ਪੱਗ ਲਾਉਣ ਚੱਲੇ ਪੱਗਤਾਂ ਦੀ ਕੁੱਲੀ ਨੂੰ ਪੱਗਤਾਂ ਦੀ ਕੁੱਲੀ ਨੂੰ ਭਾਗ ਲਾਉਣ ਚੱਲੇ ਭਗਤਾਂ ਦੀ ਕੁੱਲੀ ਨੂੰ ਦੋ ਪ੍ਰਕਾਰ ਦੇ ਬੰਦਿਆਂ ਦੇ ਘਰੇ ਗਏ ਗੁਰੂ ਨਾਨਕ ਦੇ ਮਰਜ ਜਾਂ ਤਾਂ ਅੱਤ ਦੇ ਉੱਚੇ ਦਰਜੇ ਵਾਲੇ ਜਿਨ੍ਹਾਂ ਚੋਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅਮਰ ਦੇ ਵਿੱਚ ਦਰਜ ਹੈ ਕੱਲ ਤੁਹਾਨੂੰ ਪ੍ਰਸੰਗ ਸੁਣਾਇਆ ਸੀ ਭਾਈ ਭੂਮੀਏ ਦਾ ਢਾਕੇ ਦੀ ਧਰਤੀ ਹੈ ਜਿੱਥੋਂ ਭਗਤ ਜੈ ਦੇ ਮਰ ਦਾ ਪਦਾ ਸਤਿਗੁਰੂ ਆਪਣੀ ਪੋਥੀ ਤੇ ਲਿਖਿਆ ਔਰ ਜਦੋਂ ਸ਼੍ਰੋਮਣੀ ਕਮੇਟੀ ਟੈਸਟ ਲੈਂਦੀ ਹੈ ਤੇ ਉਹ ਜੈ ਦੇਵ ਮਰਜ ਦਾ ਪਦਾ ਪੜਾ ਕੇ ਦੇਖਿਆ ਜਾਂਦਾ ਅੱਜ ਸਾਡੇ ਪੁੱਤਰਾਂ ਧੀਆਂ ਨੂੰ ਇੱਕ ਗੱਲ ਦਿਮਾਗ 'ਚ ਵੜ ਗਈ ਪਤਾ ਨਹੀਂ ਇੰਗਲਿਸ਼ ਕਿੱਡੀ ਕੁ ਜਿਹੜਾ ਬੰਦਾ ਇੰਗਲਿਸ਼ ਬੋਲਦਾ ਪਤਾ ਨਹੀਂ ਉਹ ਕਿੱਡਾ ਕੁ ਵੱਡਾ ਵਿਦਵਾਨ ਹੈ ਪਤਾ ਨਹੀਂ ਕਿੱਡਾ ਕੁ ਪਤਾ ਨਹੀਂ ਕਿਹੜੀ ਟੀਸੀ ਤੇ ਪਹੁੰਚ ਗਿਆ ਪਤਾ ਨਹੀਂ ਹਿਮਾਲਿਆ ਪਰਬਤ ਦੀ ਚੋਟੀ ਉਹ ਪਾਰ ਕਰ ਲਈ ਉਹਨੇ ਜੇ ਮੈਂ ਅੰਗ ਨਾ ਭੁੱਲਦਾ ਵਾਂ ਤੇ 527 ਅੰਗ ਹੈ ਭਗਤ ਜੈ ਦੇ ਮਰ ਦਾ ਪਦ ਹੈ ਪ੍ਰਮਾਦ ਪੁਰਖ ਮਨੋ ਪਿਮੰਗ ਸੱਤ ਆਦਿ ਭਾਵ ਰਤੰਗ ਪਰਮਦ ਪੁਤੰਗ ਪਰਕ੍ਰਿਤ ਪਰੰਗ ਜਦ ਚਿੰਤ ਸਰਬ ਗਤੰਗ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯੰਗ ਨਾ ਦਨੋਤ ਜਸ ਮਰਨੇਨ ਜਨਮ ਜਰਾਦ ਮਰਨ ਭਯੰਗ ਰਹਾਉ ਇੱਛਸ ਜਮਾਦ ਪ੍ਰਾਭਿਅੰਗ ਜਸ ਸਵਸਤ ਸੁਕ੍ਰਿਤ ਕ੍ਰਿਤੰਗ ਲੋਭਾ ਦ੍ਰਿਸ਼ਟ ਪਰ ਗ੍ਰਹਿੰਗ ਜਦ ਬਿਦ ਆਚਰੰਗ
तज सकल गृहित दुर्मति पज चकर तर हर पज चकर तर शरणंग हर भगत निज ने केवला रिद कर्मणा बजसा जोगेन किंग जानेन किंग दानेन किंग गोविंद गोविंदेत जय देव आयो तब सुपुटंग भव भूत तब सर्वगतंग। यह भगत देव महाराज का पद है ते जेदा श्रोमणी कमेटी टेस्ट लैंदी आ अज दा जिहड़ा सिखां दा पोते समदाना भी जिहनूं इंग्लिश आ गई ओह पता नहीं किड्डी क वड्डी महारत हासिल कर गया। बड़े औखे औखे शब्द है गुरु ग्रंथ साहिब मर दे विच पढ़ के याद करके दिखा देवे अज दा सिखां दा ओह पुत मन जांगे। 13 भाषावां हले तक गिणिया गईआं है विद्वानां वल्लों 13 भाषावां। इह नहीं भी 13 तक सीमित आ, हले तां जिहड़ियां विद्वानां ने जो पढ़ के बोलियां कट्ठियां करके जेडे बोलियां दे महार हासिल है ना PhD पढ़े उन्हें हले 13 ही गिणिया गुरु ग्रंथ साहिब च भी 13 भाषावां गुरु ग्रंथ साहिब दे विच हले होर रिसर्च चल रही है गुरु ग्रंथ साहिब मर दे उत्ते। आओ गुरु ग्रंथ साहिब मर जो बोलियां दा सुमेल है असी रज के बोलियां पढ़ाउणियां ते सिखाउणियां अपने पुत्रां तियां नूं पर पंजाबी नाल साडा स्नेह रहे। काली माता दा भगत सी भाई भगीरथ ते आ गल सुन लैण उन्हां बंदिया का जीवन किवें बदलिया। भगत नाम दे मर दा शब्द है जेड़ा जिवें ध्याएगा उन्हूं उहो जिहा मिलेगा परमेश्वर। भैरो भूत शीतला धावै खर बाहन ओछार उड़ावै जेड़ा शीतला माता जी की आराधा करेगा वह शीतला माता जी की सवारी है खोता खर का अर्थ है खोता ओमे शीतला माता जी वांगू खोते ते सवार हो जाएगा। भैरो भूत शीतला धावै खर बाहन ओछार उड़ावै हौ तो एक रमैया लैहो आन देव बदलावन दैहो शिव शिव करतै जो नर ध्यावै बरद चढ़ा डौरू टमकावै महामाई की पूजा करै नरसै नार होए ओ तरै तू कहियत ही आद भवानी मुक्त की बरिया कहां छपानी गुरमत राम नाम गहो मीता प्रणवै नामा इउं कहे गीता। भगत नामदेव जी अंतली पंक्ति च दस दिया कहिंदे आ हिंदू वीर तेरी भागवत गीता दा भी तत् सारे है कि परमेश्वर च कण कण च रमे राम दे नाम जपे तो बगैर तेरी गति नहीं जे हो सकती तू जिन्ने मर्जी देवी देवते आराधने चाहिए है ते जे ढंग ना आराधेगा शीतला माता जी नूं आराधेगा शीतला माता जी वर्गा बन जाएगा किसी होर माता जी नूं आराधेगा माता जी वर्गा बन जाएगा बाबा शिवजी जी नूं आराधेगा बाबा शिवजी जी वर्गा बन जाएगा जिहो जिहे नूं आराधेगा उहो जिहा बन जाएगा। पर याद रख जे तू चाहना है कि परमेश्वर दे बेड़े च प्रवान चढ़ा उथे तां सलोकां च गल अंकत है हर जन ऐसा चाहिए जैसा हर ही होए ਇਹ ਤਾਂ ਉਹੋ ਜਿਹਾ ਹੀ ਚਾਹੀਦਾ ਜਿਹੋ ਜਿਹਾ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦੱਸਿਆ ਨਿਰਭਉ ਨਿਰਵੈਰ ਡਰ ਨਹੀਂ ਰਹਿਣਾ ਚਾਹੀਦਾ ਕਿਸੇ ਨੂੰ ਕਿਸੇ ਦਾ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਤਿਨਕਾ ਭਉ ਸਭ ਗਵਾਸੀ ਨਿਰਭਉ ਜਪੈ ਸਗਲ ਭਉ ਮਿਟੈ। ਇਹ ਤਾਂ ਉੱਥੇ ਤੱਕ ਅਵਸਥਾ ਪਹੁੰਚਣੀ ਚਾਹੀਦੀ ਹੈ ਨਿਰਵੈਰ ਤੇਰਾ ਕਿਸੇ ਨਾਲ ਵੈਰ ਨਾ ਰਵੇ ਤੇਰਾ ਕਿਸੇ ਦੀ ਨਾਲ ਵੈਰ ਭਾਵਨਾ ਨਾ ਰਵੇ। ਪਰ ਇਹ ਚੀਜ਼ ਬਣੇ ਕਿੱਥੋਂ ਹੁਣ ਤਾਂ ਹਾਲਾਤ ਇਹ ਪੈਦਾ ਹੋਏ ਪਏ ਆ। एक पिंड दे विच दो जवाक कट्ठे पढ़ते सी रिजल्ट आ गया ते एक मां रोंदी पई आ कि साडा दीपा फेल हो गया ते उहदा घर वाला आया कहिंदा कोई नहीं अगले साल ट्यूशन रखावांगे मेहनत करेगा डबल ट्यूशन रखा देवांगे पास हो जाएगा। कहिंदी कित्थों ए रो फेल हो गया उह कहिंदा फिर की होया अगले साल नहीं पास होएगा उह तो अगले साल पास हो जाएगा ट्रिपल ट्यूशन रखा देंगे मैं बढ़िया टीचर घरे बुला के पर्सनल ट्यूशन दे देंगे बेनू टीचर घरे ट्यूशन देन आया करेगा पास हो जाएगा। वह कहती फेल हो गया वह कहता रोनी कानू है वह कहती इहनू नहीं रोंदी नाल दिया दा जीता पढ़ता सी वह फर्स्ट आ गया। अज संसार दे उत्ते बंदा अपने काम तो बहुता दुखी नहीं है जिन्ना लोगों के काम तो दुखी है जोगों की जीवन सिद्धांत तो दुखी है। आओ गुरु दाता सानू वह जीवन के जिंदगी पालन का बल बख्शन। गुरु नानक देव मर्ज पहुंचे दो प्रकार के बंदिया के घरे गया एक तो अत दर्जे के उच्चे एक अत दर्जे के निमे जड़े करैक्टर के गिर चुके हैं। भाई गुरदास जी का एक बचन पढ़ते हैं चरण शरण गुर एक पेंडा जाए चल सतगुर कोट पेंडा आगे हुई लेत है जेड़ा शरदा से भावना रख के गुरु वाल एक कदम भी आवे तो गुरु करोड़ा कदम अगे लैन जाता है जेड़े चल के नहीं आए उन्हों को गुरु क्यों गया जेड़े चल के की आए। कौटे पील की तो कोई भावना नहीं ना गुरु नानक देव मर्ज प्रति वह तो दातर तिखा करता पाया वह तो कड़ाए तपाता पाया भी भाई मरदाना जी भी तेल चो बालूंगा तो गुरु नानक देव मर्ज न भी सज्जन ठग की कोई भावना नहीं है वह तो दातर तिखा करता भी मैं गला बढ़ना गुरु नानक देव मर्ज का भाई मरदाना जी का
चल के नहीं आए नूर शाह जादूगरनी की कोई भावना नहीं है, ये बंदे चल के नहीं आए गुरु दरबार च। फिर गुरु इन्हां को चल के क्यों गया? ये पिछे एक कारण है, सिद्धांत है, गुरु का धरती के उत्ते एक फर्ज है, वह यह है कि जगत जलंधर रख लै प्रभ अपनी कृपा धार। दुनिया के उत्ते गुरु का एक फर्ज है धरती के उत्ते कि जदों गुरु लुकाई की पुकार सुनता है तो गुरु के मन के एक भावना बनती है भी नानक नाम चढ़ती कला तेरे भाणे सरबत का भला। गुरु धरती के उत्ते एक गल अपने दिल में पाल के जिंदा सी, वह यह सी जिसदा अंदर तात पराई होवे तिसदा कदे ना होवी भला। साडा तां सिद्धांत है करदा कि ना को बैरी नहीं बगाना सगल संग, हम को बनाई बिसर गई सब तात पराई जब ते साध संगत मोहे पाई। गुरसिखा इको प्यार गुरमिता पुता भाइया, गुरु ने तो सारे नू बराबर समझिया, गुरु तो सारे नू बराबर का प्यार चाहता सी। और याद रखियो नानके चाहल पिंड दे विच गुरु नानक दे मरदे ते सौरे पखो के रंधावे पिंड दे विच है, और सौरा साहब भी पटवारी सी गुरु नानक दे मरदे, पिता भी पटवारी सौरा साहब भी पटवारी, सौरा सस ते सौरा बाबा मूल चंद ते माता चंदो राणी, यह परिवार है सौरे परिवार। ते जिदन उदासी ते तुरना ना उदन सौरा परिवार भी कोल खड़ा है। ते पुछया सी बाबा मूल चंद ने कि नानक जी जे आही करनी सी ते बच्चे अपने घरे छड़ के जाने है, ते बच्चे अपने घरे छड़ के जाने है ते एवें ते इन्ने लंबेरे समय लई जाना सी, तू अकल नूं हथ मार माड़ा मोटा साडी इज्जत का ख्याल रख ला। गुरु नानक दे मर्ज मुस्कुरा के कहिंदे सुनो मेरे तां दो बच्चे है, तुसी दोहां दा दुख दी खातर आ सारा टब्बर तुहाडे मन दे विच कीड़ी भावना बनी पई है। उधर उस रब दे लखां पुत्तर रोंदे पए है, कोई किसे ढंग दे नाल मारे जा रहे हैं, कोई किसे ढंग दे नाल। 5000 साल पग लथदी रही है भारत की, 5000 साल इस भारत की पग लथी है, पग तो भाव इज्जत, किवें अद्धी मुगलां ने लई ते अद्धी धर्म के ठेकेदार जिहड़े कहिंदे सी पिप्पल ते चढ़ो ते चढ़ के सानू राशन पानी दे दिओ, पिप्पल ते चढ़ो ते चढ़ के करबत ते डिग जो, करबत तो भाव आरा आरे ते डिग के शहीद हो जाओ ते तुहानू स्वर्ग मिल जाएगा। जिहड़े हरिद्वार दीआं पौड़ियां ते बहिंदे रहे, बाबा कबीर साहब दा जिहड़ा शब्द है ना उहदे अंतरी भाव इह आ कि गंगा की लहर मेरी टूटी जंजीर। असल दे अंदर बाबा कबीर साहब मर्ज कहिंदे जिहड़ियां हरिद्वार दीआं पौड़ियां ते बना के इस भारत लई जंजीरां बणाईआं सी ना कर्म कांड दीआं, मैं उह तोड़ के आया तुहाडे सामणे। इसे करके कहा जा रहा है कि कबीर मेरी जात को सबको हसने हार, बलिहारी इस जात को जे जपियो सिरजन हार। मैं तां उह जंजीरां तोड़ के आया जिहड़ियां हरिद्वार दी पौड़ी ते बैठ के सिलैक्ट कीतीआं गईआं। और एक गल होर, हरिद्वार दे विच ही गुरु नानक दे मर्ज ने पुठे पासे नूं पाणी दित्ता सी, ਉਹ ਇੱਕ ਸਿਧਾਂਤ ਹੈ। ਇੱਕ ਗੱਲ ਝੋਲੀ ਦੇ ਵਿੱਚ ਪਾਈ ਗੁਰੂ ਨਾਨਕ ਦੇ ਮਰਜ ਕਿ ਜਦੋਂ ਤੈਨੂੰ ਚੜ੍ਹਦੀ ਕਲਾ ਮਿਲਦੀ ਹੋਵੇਗੀ ਨਾ ਤਾਂ ਦੁਨੀਆ ਦੇ ਸਾਰੇ ਬੰਦੇ ਸਲਾਮ ਕਰਨਗੇ, ਸੁੱਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ। ਜਦੋਂ ਤੇਰੀ ਚੜ੍ਹਦੀ ਕਲਾ ਹੋਵੇਗੀ ਤੈਨੂੰ ਸਲੂਟ ਵੱਜਦੇ ਹੋਣਗੇ, ਪਰ ਜਦੋਂ ਤੇਰੀ ਲਹਿੰਦੇ ਵਾਲੇ ਪਾਸੇ ਢਹਿਦੀ ਕਲਾ ਹੋਈ ਉਦੋਂ ਲਹਿੰਦੇ ਪਾਸੇ ਪਾਣੀ ਦੇਣਾ। ਗੁਰੂ ਨਾਨਕ ਦੇ ਮਰਜ ਦਾ ਇੱਕ ਕਾਰਨ ਹੈ ਕਿ ਸੱਜਣਾ ਜਦੋਂ ਤੂੰ ਲਹਿੰਦਾ ਹੋਏਗਾ ਨਾ ਸੰਸਾਰ ਦੇ ਅੰਦਰ ਉਦੋਂ ਜੇ ਤੇਰੀ ਕੋਈ ਬਾਹ ਫੜੂਗਾ ਤੇ ਉਹ ਗੁਰੂ ਨਾਨਕ ਦੇ ਮਰਜ ਫੜੂਗਾ, ਤਾਂ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਦਿੱਤਾ ਹੋਇਆ। ਚੜ੍ਹਦੇ ਵਾਲੇ ਪਾਸੇ ਨੂੰ ਤਾਂ ਦੁਨੀਆ ਸਲਾਮਾ ਕਰਦੀ ਹੈ, ਗੁਰੂ ਨਾਨਕ ਸਾਹਿਬ ਉਧਰ ਖੜੇ ਹੈ ਜਿੱਧਰ ਚੜ੍ਹਦੇ ਬੰਦਿਆਂ ਨੇ ਲਹਿੰਦੇ ਵਾਲੇ ਪਾਸੇ ਡਿੱਗਣਾ। ਇਹੋ ਗੁਰੂ ਹੈ ਜਿਹੜਾ ਜਾਣਦਾ ਕਿ ਧਰਤੀ ਦੇ ਅੰਦਰ ਹਰ ਰਹਿਣ ਵਾਲਾ ਬੰਦਾ ਉਹਦੇ ਡੋਰ ਪਰਮਾਤਮਾ ਦੇ ਹੱਥ ਹੈ ਤੇ ਪਰਮਾਤਮਾ ਜਿਹਨੂੰ ਮਰਜ਼ੀ ਚਾਹੇ ਚੜ੍ਹਾ ਦੇਵੇ ਤੇ ਜਿਹਨੂੰ ਮਰਜ਼ੀ ਚਾਹੇ ਲਾ ਦੇਵੇ। ਲਹਿੰਦੇ ਪਾਸੇ ਪਾਣੀ ਦੇ ਦੇ ਦਾ ਸਿਧਾਂਤ ਇਹ ਹੈ ਹਰਿਦਵਾਰ ਦੀ ਧਰਤੀ ਤੋਂ ਕਿ ਮੈਂ ਲਹਿੰਦੇ ਵਾਲੇ ਪਾਸੇ ਖੜਾ, ਜਦੋਂ ਤੇਰੀ ਚੜ੍ਹਦੀ ਕਲਾ ਤੋਂ ਥੱਲੇ ਡਿੱਗਣ ਲੱਗਿਆ ਇੱਕ ਵਾਰ ਮੈਨੂੰ ਯਾਦ ਕਰ ਲਈ ਵੀ ਮੈਂ ਤੇਰੀ ਆ ਕੇ ਬਾਹ ਫੜ ਲਵਾਂਗਾ। ਖੈਰ ਗੁਰੂ ਨਾਨਕ ਦੇ ਮਰਜ ਭਾਈ ਲਾਲੋ ਜੀ ਦੇ ਘਰੇ ਕਹਿੰਦੇ ਭਾਈ ਲਾਲੋ ਕਦੇ ਮਨ ਘੜਿਆ ਹੀ? ਭਾਈ ਲਾਲੋ ਜੀ ਕਹਿੰਦਾ ਸਤਿਗੁਰੂ ਗੁਰੂ ਨਾਨਕ ਦੇ ਮਰਜ ਤੁਸੀਂ ਬੜੇ ਪਹੁੰਚੇ, ਗੁਰੂ ਮਹਾਨ ਸ਼ੇਸ਼ ਤੋਂ ਪ੍ਰਸ਼ਾਦਾ ਛਕਾਉਣਾ, ਪਰ ਸਾਡੇ ਘਰੇ ਕੋਧਰੇ ਦੀ ਰੋਟੀ ਹੈ, ਇਸ ਕੋਧਰੇ ਦੀ ਰੋਟੀ ਖਾ ਲਓ, ਇਹੀ ਕੋਜਾ ਸਾਡੇ ਘਰ ਦੇ ਵਿੱਚ। ਗੁਰੂ ਨਾਨਕ ਦੇ ਮਰਜ ਜੇ ਚਾਹੁੰਦੇ ਹੋ ਤੇ ਮੈਂ ਪਿੰਡ ਦੇ ਵਿੱਚੋਂ ਕੁਝ ਵੱਖਰਾ ਰਾਸ਼ਨ ਪਾਣੀ ਜਾਂ ਪਿੰਡ ਦੇ ਵਿੱਚੋਂ ਵੱਖਰਾ ਪਕਵਾਨ। ਗੁਰੂ ਨਾਨਕ ਦੇ ਮਰਜ ਕਹਿੰਦੇ ਸੱਜਣਾ ਨਹੀਂ, ਤੇਰੇ ਘਰ ਦੇ ਵਿੱਚ ਤੇਰੇ ਹੀ ਚੌਂਕੇ ਕੋਲ ਬਹਿ ਕੇ ਪ੍ਰਸ਼ਾਦਾ ਛਕਾਂਗੇ। ਭਾਈ ਲਾਲੋ ਜੀ ਦੀ ਪਤਨੀ ਉਹਨੇ ਬੜੇ ਪਿਆਰ ਦੇ ਨਾਲ
बीबी प्रेमो प्रशादा बनाया कोदरे दी रोटी बनाई है गुरु नानक देव मर्ज बड़े प्यार ना शकी है भाई मरदाना जी बड़े प्यार ना शकी है इस सैदपुर की धरती दे उत्ते एक बड़ा बड़ा जागीरदार एक बड़ा बड़ा अमीर बंदा रहिंदा जिहदा नाम मलिक भागो है मलिक भागो ने अपने बाप का श्राद्ध करना है उन्हें श्राद्ध करन दी खातर बड़े बड़े ब्राह्मण बड़े बड़े साधु बुलाए है उन्हें भागो ने मलिक भागो ने श्राद्ध लई सद्दा दिता है उन्हें ब्रह्म भोज रचिया जिहदे च 36 प्रकार के भोजन बने है ते पता लग्या है कि एक साधु भाई लालो दे घरे बैठा है इधर उन्हें अपने पिता दे श्राद्ध मनाउण दीआं जिवें तैयारियां कीतीआं मलिक भागो ने ब्रह्म भोज दीआं जिवें उन्हें तैयारियां कीतीआं श्राद्ध बाबत गुरु नानक देव मर दा आसा की वार दे विच वचन है जे मुहाका घर मुह है घर मुह पितरी दे अगे वस्त सियाणी है पितरी चोर करे कहिंदे मन ला के चोर किसी ने श्राद्ध करना सी ते कर लिया उन्हूं ब्राह्मण ने कह दिता भी भलिया श्राद्ध दे विच आ चीजा जानियां जिवें असी गुरद्वारा साहब दे विच कंबल रजाई लखानी दी चप्पल अद्धे बंदे डॉल्फन दे गद्दे जान दे थाल सारी उम्र बापू पुजना नहीं ते मुड़ के मरे तो बाद बापू दे नौ दे थाल दे जाने गुरद्वारा साहब नूं भी आ चक्को जी 25 भांडे आ चक्को जी 25 थाल बस गुरु नानक देव मर्ज कहते सुनो भाई आसा की वार दे विच रोज कीर्तन च शब्द पढ़िया जाता है ये पंक्तियां रोज पढ़िया जांदियां जे मुहाका घर मुह है घर मुह पितरी दे अगे वस्त सजाणियां पितरी चोर करे कहते चोर ने कीता श्राद्ध ते चोर नूं एक बंदे ने ब्राह्मण ने श्राद्ध करने वाले ने एक गल कही भी आ राशन चाहिए राशन देता वह समान उन्हें देता ते समान पहुंच गया स्वर्गा दे विच जो पहुंचया ते चोर को अपना कुछ नहीं हुंदा चोर ने सारा समान चोरी किया हुंदा ते जो पहुंचया जिन्हों के घर चो चोरी करके जिन्हों के दादे का चोरी करके समान अपने दादे का चोर ने श्राद्ध किया उन्हों का दादा भी उत्थी बैठा सी ते उन्हें समान पछाड़ लिया भी यह तो साडा समान आ जिहड़े डॉल्फन के गद्दे आ चादरां लखानी दियां चप्पलां तां साडियां ए अपने दादे दे नौ ते श्राद्ध कर गया तेरे नौ ते किवें आ गया कहिंदा फिर चोर दे दादे नूं उहदे दादे ने तां ढा लेना ना जिहदे घरों समान चोरी कीता ए रोज पंक्तियां पढ़ियां जांदियां आसा की वार दियां रोज दरबार साहिब दे विच गुरु ग्रंथ साहिब दा प्रकाश होण तों बाद ए श्राद्ध बाबत गुरु नानक देव मर दा फैसला है इहने श्राद्ध करना है भागो ने जिवें 36 प्रकार के भोजन लाए है किहड़े किहड़े उहने बंदे सद्या इस रचना तों बाद दसांगा किवें मलिक भागो ने ब्रह्म भोज दीआं तैयारियां कीतीआं लुधियाणे वालिआं दा ढाडी भागो ने ब्रह्म भोज जी रच दिता 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 भागो ने ब्रह्म भोज जी
ਮੈਂ ਸੁਣਾਉਣ ਵੇਦਾਂ ਦੇ ਸਲੋਕ ਜੀ ਦੇਖ ਲੋ ਮਲਕ ਤੇ ਅਮੀਰੀ ਚੋਜ ਜੀ ਦੇਖ ਲੋ ਮਲਕ ਤੇ ਅਮੀਰੀ ਚੋਜ ਜੀ ਰਚ ਦਿੱਤਾ ਪਾਗੋ ਨੇ ਬ੍ਰਹਮ ਭੋਜ ਜੀ ਰਚ ਦਿੱਤਾ ਪਾਗੋ ਨੇ ਬ੍ਰਹਮ ਭੋਜ ਜੀ ਸਰੋਜ ਜੀ ਰਚ ਦਿੱਤਾ ਪਾਗੋ ਨੇ ਬ੍ਰਹਮ ਭੋਜ 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 ਜੀ ਕਿਹੜਾ ਕਿਹੜਾ ਬੰਦਾ ਆਇਆ ਕਿਹੋ ਕਿਹੋ ਜਿਹਾ ਬੰਦਾ ਆਇਆ ਹੈ ਇਹ ਜਿਹੜੀ ਮੈਂ ਰਚਨਾ ਬੋਲਣ ਲੱਗਿਆ ਅਸੀਂ ਕਵੀਆਂ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ ਅਸੀਂ ਜਾਣਦੇ ਅਸੀਂ ਗੀਤਾਂ ਵਾਲੇ ਐਵੇਂ ਸਿਰ ਦੇ ਉੱਤੇ ਚੱਕੇ ਹੋਏ ਆ ਅਸੀਂ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਰ ਦਾ ਫੁੱਫੜ ਪੜਿਆ ਹੁੰਦਾ ਨਾ ਬਾਬਾ ਸਾਧੂ ਜਨ ਜਿਹੜਾ ਕਹਿੰਦਾ ਮੈਂ ਬਲਿਹਾਰੀ ਸਤਿਗੁਰ ਦੀ ਪੱਗੜੀ ਤੋਂ ਤੇਰੀ ਪੱਗੜੀ ਹਰਲੇ ਵਲੱਗੜੀ ਤੋਂ ਮੈਂ ਬਲਿਹਾਰੀ ਗੁਰ ਦੇ ਕੇਸਾਂ ਤੋਂ ਤੇਰੇ ਕੇਸਾਂ ਸੱਚ ਉਪਦੇਸ਼ਾਂ ਤੋਂ ਮੈਂ ਬਲਿਹਾਰੀ ਸਤਿਗੁਰ ਦੇ ਭਰਵੱਟਿਆਂ ਤੋਂ ਤੇਰੇ ਭਰਵੱਟਿਆਂ ਨੂਰ ਪਲੱਟਿਆਂ ਤੋਂ ਤੇਰੀਆਂ ਮੁੱਛਾਂ ਸੁੰਦਰ ਸੋਹਣੀਆਂ ਤੇਰੇ ਸੰਗਤਾਂ ਦਾ ਮਨ ਮੋਹਣੀਆਂ ਮੈਂ ਬਲਿਹਾਰੀ ਸਤਿਗੁਰ ਦੀ ਦਾੜੀ ਤੋਂ ਤੇਰੀ ਦਾੜੀ ਰਾਮ ਸਵਾਰੀ ਤੋਂ ਮੈਂ ਬਲਿਹਾਰੀ ਸਤਿਗੁਰ ਦੀ ਚੀਚੀ ਉਂਗਲੀ ਤੋਂ ਇਹ ਉਂਗਲੀ ਜਮਾਂ ਦੀ ਛੜਾਈ ਜੁੰਗਲੀ ਤੋਂ ਮੈਂ ਬਲਿਹਾਰੀ ਸਤਿਗੁਰ ਦੇ ਗੋਡੇ ਤੋਂ ਇਹ ਗੋਡੇ ਵਕਾਰਾਂ ਛੋਡੇ ਤੋਂ ਮੈਂ ਬਲਿਹਾਰੀ ਸਤਿਗੁਰ ਦੇ ਗਿੱਟਿਆਂ ਤੋਂ ਇਹ ਗਿੱਟਿਆਂ ਨਿੰਦਾ ਭਿੱਟਿਆਂ ਤੋਂ ਮੈਂ ਬਲਿਹਾਰੀ ਸਤਿਗੁਰ ਦੀਆਂ ਪਿੰਨੀਆਂ ਤੋਂ ਇਹ ਪਿੰਨੀਆਂ ਕੋਮਲ ਰਸ ਰਹਿਣ ਗਿੰਨੀਆਂ ਤੋਂ ਮੈਂ ਬਲਿਹਾਰੀ ਸਤਿਗੁਰ ਦੀ ਪੱਗੜੀ ਤੋਂ ਤੇਰੀ ਪੱਗੜੀ ਹਰਲੇ ਵਲੱਗੜੀ ਤੋਂ ਗੁਰੂ ਗੋਬਿੰਦ ਸਿੰਘ ਮਰ ਦੇ ਫੁੱਫੜ ਬਾਬਾ ਸਾਧੂ ਜਨ ਛੇਵੇਂ ਪਾਤਸ਼ਾਹ ਦੇ ਜਵਾਈ ਤੇ ਬੀਬੀ ਵੀਰੋ ਦੇ ਪਤੀ ਤੇ ਪੰਘਾੜੀ ਦੇ ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਅਮਰ ਦੇ ਭਰਾਵਾਂ ਦੇ ਸ਼ਹੀਦ ਪੁੱਤਰਾਂ ਦੇ ਪਿਤਾ ਬਾਬਾ ਸਾਧੂ ਜਨ ਅਸੀਂ ਤਾਂ ਸਿੱਧੂ ਮੂਸੇ ਵਾਲਾ ਸਿਰ ਤੇ ਚੱਕੀ ਫਿਰਦੇ ਹਾਂ ਗੁਰੂ ਗੋਬਿੰਦ ਸਿੰਘ ਅਮਰ ਦਾ ਫੁੱਫੜ ਪੜਿਆ ਹੀ ਨਹੀਂ ਕਦੇ ਪੜਿਆ ਹੁੰਦਾ ਆਹ ਜਿਹੜੀ ਮੈਂ ਰਚਨਾ ਬੋਲਣ ਲੱਗਿਆ ਇਹ ਆਪਣੇ ਆਪ 'ਚ ਕਵਿਤਾ ਦਾ ਲੈਕਚਰ ਆ ਮੈਂ ਦੱਸਾਂਗਾ ਨਾ ਵੀ ਕਿਹੜਾ ਕਿਹੜਾ ਆਇਆ ਤੁਸੀਂ ਇਕੱਲਾ ਇਕੱਲਾ ਅੱਖਰ ਸੁਣਿਓ ਕਵਿਤਾ ਦਾ ਵਧਾਤਾ ਸਿੰਘ ਤੀਰ ਦਾ ਬੜਾ ਨਾਂ ਹੈ ਅਤੇ ਵਧਾਤਾ ਸਿੰਘ ਤੀਰ ਦਾ ਇੱਕ ਸ਼ਗਿਰਦ ਹੋਇਆ ਗੁਰਬਚਨ ਸਿੰਘ ਮਾਹੀਆ ਉਹਨਾਂ ਦੀ 1959 ਦੀ ਇੱਕ 1 ਰੁਪਏ ਦੀ ਕਿਤਾਬ ਹੈ ਕੁੰਦਨੀ ਪ੍ਰਭਾਤ ਉਹ ਗੁਰੂ ਤਰਸ ਕਰਕੇ ਦਾਸ ਦੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਆਪਣੀ ਘਰੇ ਲਾਇਬ੍ਰੇਰੀ ਆ ਭਾਈ ਤਖਤ ਸਿੰਘ ਲਾਇਬ੍ਰੇਰੀ ਉਹਦੇ ਵਿੱਚ ਪਈ ਹੈ ਕਿਤੋਂ ਰੱਦੀ ਦੇ ਵਿੱਚੋਂ ਮਿਲ ਗਈ ਸੀ ਉਹ ਕਿਤਾਬ ਅਤੇ ਸਿਉਂਕ ਉਹਨੂੰ ਲੱਗਣ ਲੱਗੀ ਸੀ ਬੜਾ ਸੋਹਣਾ ਉਹਨਾਂ ਲਿਖਿਆ ਕੁੰਦਨੀ ਪ੍ਰਭਾਤ ਦੇ ਵਿੱਚ ਗੁਰਬਚਨ ਸਿੰਘ ਮਾਹੀਆ ਜੀ ਨੇ ਕਹਿੰਦੇ ਸਫਲ ਕਰ ਲਈ ਪਾਪ ਕਮਾਈ ਖੱਟਣ ਲਈ ਜੱਗ ਦੀ ਵਡਿਆਈ ਪਿਆਰਾ ਪ੍ਰਭੂ ਰਜਾਵਣ ਖਾਤਰ ਸਸਤੀ ਮੁਕਤੀ ਪਾਵਣ ਖਾਤਰ ਭਾਗੋ ਨੇ ਇੱਕ ਜਾਗ ਰਚਾਇਆ ਦੂਰ ਦੂਰ ਸੁਨੇਹਾ ਭਜਵਾਇਆ ਕਈ ਪੰਡਿਤ ਕਈ ਵਿਦਵਾਨ ਬੁਲਾਏ ਕਈ ਸੱਦੇ ਕਈ ਆਪੇ ਆਏ ਕੋਈ ਬੰਗਾਲੀ ਕੋਈ ਪੰਜਾਬੀ ਕੋਈ ਅਫੀਮੀ ਕੋਈ ਸ਼ਰਾਬੀ ਇਹ ਜੇ ਸੰਤ ਜੜਾਵਾਂ ਵਾਲਾ ਉਹ ਜੇ ਸੰਤ ਖੜਾਵਾਂ ਵਾਲਾ ਉਹ ਭੌੜੀ ਉਹ ਸੋਟੇ ਵਾਲਾ ਉਹਦੇ ਸੰਤ ਲੰਗੋਟੇ ਵਾਲਾ ਜਿਸਨੇ ਬੱਕਰੀ ਧੂਣੀ ਵਾਲੀ ਉਹ ਸਾਧੂ ਦਾ ਨਾਮ ਜਲਾਲੀ ਭੂਰੀ ਵਾਲਾ ਕੰਬਲੀ ਵਾਲਾ ਉਹਦੇ ਸੰਤ ਕਤੂਰੀ ਵਾਲਾ ਵੱਖੋ ਵੱਖਰੇ ਨਾਵਾਂ ਵਾਲੇ ਵੱਖੋ ਵੱਖਰੇ ਭੇਖ ਨਰਾਲੇ ਸਾਰੇ ਪਾਸੇ ਇਹ ਚਰਚਾ ਛਿੜਿਆ ਪਿਆ ਵੀ ਐਡੇ ਤਗੜੇ ਤਗੜੇ ਸਾਧੂ ਆਏ ਆ ਅੱਗੇ ਕੀ ਲਿਖਦਾ ਗੁਰਬਚਨ ਸਿੰਘ ਮਾਹੀਆ ਕਹਿੰਦਾ ਇੱਕੋ ਗੱਲ ਉਹ ਇਕੱਠੇ ਸਾਰੇ ਕਿਹੜੀ ਗੱਲ ਤੇ ਇਕੱਠੇ ਨੇ ਉਹ ਕਹਿੰਦਾ ਸਭ ਦੀ ਗੋਗੜ ਮੋਟੀ ਤਾਜੀ ਸਾਰੇ ਮੁਫਤ ਖਾਣ ਨੂੰ ਰਾਜੀ ਵਿਹਲੇ ਮੈਂ ਕੇ ਮੌਜ ਅੜਾਉਂਦੇ ਕੰਮ ਕਾਰ ਨੂੰ ਹੱਥ ਨਾ ਲਾਉਂਦੇ ਇੱਕ ਗੁਰੂ ਨਾਨਕ ਨਾ ਆਇਆ
उसनु जबरन गया बुलाया कहिंदा भागो नानक ए संतां ने नहीं बरतारे संत है सारे जग दा सांझा क्यों रखे तू सानू बांझा क्यों पसंद तेनू लालो दी गुल्ली की लगी आ मेरी पूड़ी नू उल्ली भोजन क्यों परवान नहीं मेरा दसो ए अपमान नहीं मेरा उन्हें सवाल पाया भी तुहानू भाई लालो दी गुल्ली क्यों पसंद है भाई लालो दा कोदरे दा प्रशादा क्यों पसंद है मेरिया 36 प्रकार दे भोजन दे विचों खीरा क्यों नहीं पसंद एक सेकेंड लई रुकण लग्या इत्थे कहता मैं घरे खीर बनाई है बखरे बखरे ढंग दी मेरे 36 प्रकार दे भोजन दे विच 10 प्रकार 12 प्रकार दी खीर लगी है याद रखियो ऐसे भाई लालो दे घरे जो सतगुरु ने चाले पौने ते तुंग पिंड दी जमीन ते आना जिन्हों अजकल तुसी अमृतसर ते दरबार साहब कहने हो तुंग पिंड पहला ना अमृतसर साहब दा तुंग पिंड दी जमीन ते जदों गुरु नानक देव मर जाए ते भाई तारा आटा लैके आया शक्कर लैके आया खंड लैके आया पहली बारी तुंग पिंड दी जमीन ते गुरु नानक देव मर्ज कड़ा प्रसाद अपने हत्था नाल बनाई है कड़ा प्रसाद सिखी दे घर दे विच आउणा अज भी बड़े धार्मिक स्थान आ किसे धार्मिक स्थान ते जदों तुसीं मत्था टेकण जाओ किते फोका पाणी मिलदा किते लैची वाला मिलदा किते मिलदा ही नहीं पर इधर गुरु नानक देव मर्ज कहंदे सज्जणा साडे घर च जे कोई घट्टो घट्ट मत्था भी टेकण आ गया ते असीं घट्टो घट्ट मिठा कड़ा प्रसाद जरूर छका के तैनूं भेजांगे ऐ भुखा नहीं जाण दिंदे साडे तां घर च मत्था टेकण दा भी एडा फल है भी असीं भुखा नहीं जाण दिंदे अज भी बड़े धार्मिक स्थान ने अज भी बड़े डेरिया फोका पाणी मिलदा पता नहीं नहीं मिलदा बदाम गिरियां दिंदे कि नहीं दिंदे डेरे वधी जांदे आ 12701 पिंड 27000 डेरा पंजाब दी धरती दे उत्ते वैसे कृपा यही होई पई है कि हरियाणे की सरकार जिउंदी रहे जिन्हां ने तीन जिउंदे कढ लिआंदे संत रामपाल राम रहीम ते आसा राम ते साडे वाले को मरिया नहीं निकलिया पिया नूर मिल की धरती के उत्ते पंजाब की धरती से जिउंदे बाबे तो नहीं की निकलने लोग मरे चुक चुक के फ्रिज च लाई बजाते एडा प्यार हो गया बाबिया ना वो जे प्यार करना ना ते भाई गुरदास जी कहिंदे उस बाबे नू प्यार कर किहड़े बाबे नू जाहर पीर जगत गुरु बाबा जेड़ा सारे जगत का गुरु बाबा है कौन गुरु नानक देव मर्ज जिन्हां बारे भाई गुरदास एक गल आखी आ पहली बारी भाई गुरदास जी ने लिखिया सिंह गुरु नानक देव मर्ज नूं एक कथावाचक होया सिख कौम दे बड़े तगड़े विद्वान होया संत होया उस स्टेज दे उत्तों नानक सिंह कहिंदे हुंदे सी ते जदों उन्हां नूं सवाल कीता किसे ने भी नानक सिंह क्यों कहिंदे हो दो बार यह रचना भाई गुरदास जी दी आ एक के सिंह बुके मिर्गावली पन्नी जाए ना तीर त्रोआ शेर गजिया गिदड़ा नूं भजणा पै गया बुकिया सिंह उजाड़ बिच सब मिगरावल पन्नी जाई गुरु नानक देव मर्ज शेर गरजे गिदड़ा नूं भजणा पै गया शेर लिखिया भाई गुरदास जी ने सिंह लिखिया गुरु नानक देव मर्ज नूं आओ गुरु नानक देव मर्ज सानू सिंह बनाउण आए सन शेरां वर्गा जिगरा दिता उन्होंने शेरां वर्गी चुस्त चलाकी दिती सानू सिखां नूं आओ सानू उन्हां दे गुण अपनाउणे चाहीदे आ गुरु नानक देव मर्ज नूं मलक भागो दे अहलकार ते सिपाही लैण आए आ कि मलक भागो ने कहा कि 36 प्रकार दा के भोजन छको जदों जाण लगे आ ना प्यारे दे प्यार दी खिच किन्नी क हुंदी है अज असीं सानू बाणी सुणदिआं नूं पता नहीं किन्ना क हो गया आ जिहड़ियां पंगतियां कदे आके भाई लहणा जी ते ढुकतियां ते खुद उन्होंने गुरु अंगद देव बन के उचारियां होईयां अज ओह पंगतियां भाई लहणा जी ते ढुकण लगियां केड़ियां जिस प्यारे से उन्ने तिस आगे मर चली आ त्रिग जीवन संसार तक है पाछा जीवना जेड़ा प्यारे दे नाल प्यार पाउंदा है ओह प्यारे दी खातर जिउंदा है दुर फेटे मूह तिरकार है उन्हां दे जिहड़े संसार दे पिछे लाके जिउंदे ने प्यारे दे पिछे लाके नहीं जिउंदे और एक गल याद रखियो गुरु ग्रंथ साहिब मर्ज कहिंदे भगतां तैं संसारियां जोड़ कदे ना आया भगत कवेगा मेरे घर च कीर्तन होवे ते संसारी ने कहना ब्याह वाले दिन डीजे बजना चाहिए भगत ने सरपंची हासिल करनी है ते बड़े एगती जदों सरपंची दियां वोटां तो बाद बड़े इहो जिहे सरपंच आ जिन्हां ने अपने घरे ढाडी जत्थे लवाई ते गुरमत समाग कीते दो सरपंचां दे घरे तां असीं ला के आए हां सानूं माण मिलिया जिहड़ा भगत आया उहने तां कहना जे मैनूं सरपंची मिली है ते मैं घरे सुखमणी साहिब दा पाठ करावां ढाडी जत्था रखावां ते जिहड़ा संसारी आ उहने तां घरे डीजे खड़काउणा सरपंची जित्तण तों बाद भगतां तैं संसारियां जोड़ कदे ना आया प्यारे दी खिच किन्नी हुंदी है प्यारे दे नाल प्यार किन्ना पै जांदा है उह भगत रविदास जी महाराज नूं पुछ के देखो कहिंदे जो तुम दीवरा तो हम बाती जे परमेश्वर जी तू दीवा बनेगा ते मैं दीवे दी बत्ती बनांगा किन्ना क प्यारे दे नाल प्यार पैंदा है प्यारे दे नाल खिच है हले
ਘੱਟੋ ਘੱਟ ਗਿਣਤੀ ਦੇ 5-6 ਘੰਟੇ ਹੋਏ ਆ ਗੁਰੂ ਨਾਨਕ ਦੇ ਮਰ ਜਾਇਆ ਨੂੰ। ਇੰਨਾ ਕੁ ਪਿਆਰ ਚ ਭਿੱਜ ਗਿਆ ਭਾਈ ਲਾਲੋ ਜਦੋਂ ਜਾਣ ਲੱਗਿਆ ਨਾ ਗੁਰੂ ਨਾਨਕ ਦੇ ਮਰਜ ਤੇ ਕੁਝ ਗੱਲਾਂ ਭਾਈ ਲਾਲੋ ਜੀ ਕਹਿਣ ਲੱਗੇ ਆ, ਇਹ ਸਵਾਲ ਜਵਾਬ ਹੋਣ ਲੱਗੇ ਆ, ਆਪਣੇ ਪਿਆਰੇ ਨੂੰ ਦੇਣਾ ਨਹੀਂ ਚਾਹੁੰਦੇ ਕਿਉਂਕਿ ਉਹ ਗੁਰੂ ਹੈ ਦਰਸ਼ਨ ਦੇਖਦੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਇਹ ਤਾਂ ਉਹ ਗੁਰੂ ਆ ਜਿਹੜਾ ਇਹਦੇ ਇੱਕ ਵਾਰੀ ਦਰਸ਼ਨ ਕਰੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਜਿਹੜਾ ਇਹਨੂੰ ਇੱਕ ਵਾਰੀ ਦੇਖ ਲਵੇ ਉਹਦਾ ਤਨ ਮਨ ਨਿਹਾਲ ਹੋ ਜਾਂਦਾ। ਨਹੀਂ ਚਾਹੁੰਦਾ ਭਾਈ ਲਾਲੋ ਗੁਰੂ ਨਾਨਕ ਦੇ ਮਰਜ਼ ਉੱਠ ਕੇ ਜਾਣ। ਭਾਈ ਲਾਲੋ ਜੀ ਗੁਰੂ ਨਾਨਕ ਦੇ ਮਰਜ਼ ਨੂੰ ਕੁਝ ਕਹਿਣ ਲੱਗੇ ਆ ਕਿ ਤੁਸੀਂ ਉੱਠ ਕੇ ਚੱਲੇ ਜ਼ਰੂਰ ਹੋ, ਪਰ ਕੁਝ ਮੈਂ ਤੁਹਾਨੂੰ ਚੰਦ ਗੱਲਾਂ ਕਹਿਣੀਆਂ ਨੇ। ਜਿਹੜੀਆਂ ਗੱਲਾਂ ਕਹਿਣ ਲੱਗੇ ਆ ਨਾ ਇਹ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਜਿਨ੍ਹਾਂ ਦੀ ਇੱਕ ਰਚਨਾ ਤੁਹਾਨੂੰ ਯੂਟਿਊਬ ਦੇ ਉੱਤੇ ਮਿਲ ਜਾਏਗੀ, ਵੀ ਮੈਂ ਸਭ ਦਾ ਹੋ ਕੇ ਵੇਖ ਲਿਆ ਇੱਕ ਤੇਰਾ ਹੋਣਾ ਬਾਕੀ ਏ। ਉਹ ਸੂਰਮਾ ਸਿੰਘ ਸਨ ਪਰ ਉਹਨਾਂ ਤੇ ਗੁਰੂ ਦੀ ਕਿਰਪਾ, ਜਿਹੜੀਆਂ ਕਵਿਤਾਵਾਂ ਤੇ ਰਚਨਾਵਾਂ ਉਹਨਾਂ ਲਿਖੀਆਂ ਉਹ ਕਦੇ ਗਾਈਆਂ ਨਹੀਂ ਗਈਆਂ, ਬਹੁਤ ਘੱਟ ਗਾਈਆਂ ਗਈਆਂ। ਆ ਕਿਤਾਬ ਕਿਤੋਂ ਪ੍ਰਾਪਤ ਹੋਈ ਆ ਤੇ ਉਹਦੇ ਵਿੱਚੋਂ ਇੱਕ ਰਚਨਾ ਹੈ, ਇਹਨੂੰ ਮਾਇਆ ਆਖਿਆ ਜਾਂਦਾ ਹੈ ਤੇ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਹੋਣਾ ਦੀ ਇਹ ਰਚਨਾ ਹੈ, ਇਹ ਮਾਇਆ ਹੈ ਔਰ ਬੜਾ ਵਧੀਆ ਕੱਲਾ ਕੱਲਾ ਅੱਖਰ ਲਿਖਿਆ। ਆ ਪਿਆਰ ਦੀਆਂ ਬਾਤਾਂ ਹੋਣ ਲੱਗੀਆਂ ਭਾਈ ਲਾਲੋ ਤੇ ਗੁਰੂ ਨਾਨਕ ਦੇ ਮਰਜ਼ ਦੀ ਦਾ, ਇਹ ਮਾਇਆ ਤਰਜ ਆਪ ਰੱਬ ਵਰਗੀ ਸੰਗਤ ਦੇ ਸਾਹਮਣੇ ਪ੍ਰੋਫੈਸਰ ਦਰਸ਼ਨ ਸਿੰਘ ਨੌਰੰਗ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਵਾਲਿਆਂ ਦੀ ਇਹ ਰਚਨਾ ਆਪ ਰੱਬ ਵਰਗੀ ਸੰਗਤ ਦੇ ਸਾਹਮਣੇ ਮਾਛੀ ਵਾਲਿਆਂ ਦੀ ਢੱਡ ਤੇ ਥਰੀਕੇ ਵਾਲਿਆਂ ਦੀ ਸਰੰਗੀ, ਗੁਰੂ ਨਾਨਕ ਦੇ ਮਰ ਤੇ ਭਾਈ ਲਾਲੋ ਜੀ ਦੀ ਜੋ ਆਪਸ ਦੇ ਵਿੱਚ ਗੱਲਬਾਤ ਵਿਚਾਰ ਹੋਣ ਲੱਗੀ ਆ, ਪਿਆਰ ਦੀਆਂ ਬਾਤਾਂ ਹੋਣ ਲੱਗੀਆਂ, ਢਾਡੀ ਜਥਾ ਇਉਂ ਬਿਆਨ ਕਰ। ਭਲਾ ਮਿਲ ਕੇ ਹਾਂ ਦੌਲਤ ਤੇ ਫਕੀਰੀ ਦਾ, ਦੱਸ ਭਲਾ ਮਿਲ ਕੇ ਹਾਂ ਦੌਲਤ ਤੇ ਫਕੀਰੀ ਦਾ। ਮੇਰੇ ਦਿਲ ਵਿੱਚ ਥਾਂ ਕੋਈ ਨਹੀਂ,
घर वड्डियां दे जा रहे हो छड़ के गरीबां दी कुली घर वड्डियां दे जा रहे हो एह गलत इशारे ने एह गलत इशारे ने नाल दे भुल सकदे मुनारे नहीं नाले ना चुगियां दे भुल सकदे मुनारे नहीं सानू ना ठुकरा देना पढ़ के ना वड्डे आ दे सानू ना ठुकरा देना दस दौलता वाले आनू दस दौलता वाले आनू कोमल की ना मन दया कालेनू कोमल की करना है एना मन दया कालेनू कोमल की करना है एना मन दया कालेनू जिनू दिलों प्यार होता ना वो अपने प्यारे ना इहो जिहियां गल्लां करदा है ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਪਿਆਰੇ ਦੇ ਨਾਲ ਪਿਆਰ ਪੈਂਦਾ ਹੈ ਤੇ ਇੱਥੋਂ ਤੱਕ ਅਵਸਥਾ ਪਹੁੰਚੀ ਹੋਈ ਹੈ ਕਿ ਸੁਣ ਯਾਰ ਹਮਾਰੇ ਸੱਜਣ ਯਾਰ ਕਹਿ ਕੇ ਆਵਾਜ਼ ਮਾਰੀ ਹੈ ਪਰਮੇਸ਼ਰ ਨੂੰ ਗੁਰੂ ਨਾਨਕ ਦੇਵ ਮਹਾਰਜ ਨੇ ਤਾਂ ਇਸ਼ਕ ਦੀ ਹੱਦ ਕੀਤੀ ਹੈ ਇਸ਼ਕ ਕੀ ਭੱਟੀ ਮੈਂ ਜਲਾ ਕਰ ਨਾਨਕ ਆਸ਼ਕ ਸਹੀ ਕਾਢੀ ਹੈ ਇਹ ਗੁਰੂ ਨਾਨਕ ਦੇਵ ਮਹਾਰਜ ਦਾ ਖੁਦ ਦਾ ਇੱਕ ਸ਼ਬਦ ਹੈ ਕਿ ਆਸ਼ਕ ਕਿਹੜੇ ਪ੍ਰਵਾਨ ਹੁੰਦੇ ਆ ਅੱਜ ਤਾਂ ਇਸ਼ਕ ਦੀ ਇਸ਼ਕੇ ਮਜਾਜੀ ਤੇ ਇਸ਼ਕੇ ਹਕੀਕੀ ਦੀ ਖੇਲ ਛਿੜੀ ਪਈ ਆ ਨਾ ਫਰੈਂਡਸ਼ਿਪ ਦਾ ਜ਼ਮਾਨਾ ਛਿੜਿਆ ਪਿਆ ਆਲ ਵਰਲਡ ਦੇ ਵਿੱਚ ਅੱਜ ਤਾਂ ਇਸ਼ਕ ਮਜ਼ਾਕ ਬਣਾ ਕੇ ਰੱਖ ਦਿੱਤਾ ਅੱਜ ਦੇ ਮੁੰਡੇ ਕੁੜੀਆਂ ਨੇ ਕੋਈ ਭਾਈ ਲਹਿਣਾ ਜੀ ਨੂੰ ਪੁੱਛ ਕੇ ਵੇਖਿਓ ਕਿ ਗੁਰੂ ਨਾਨਕ ਨੂੰ ਮਹਿਬੂਬ ਬਣਾ ਕੇ ਤੇ ਖੁਦ ਆਸ਼ਕ ਬਣ ਕੇ ਤੇ ਕਿਵੇਂ ਆਸ਼ਕੀ ਨਿਭਾਈ ਜਾ ਸਕਦੀ ਹੈ ਇੱਕ ਸ਼ਾਇਰ ਦੇ ਬਚਨ ਹੈ ਕਹਿੰਦਾ ਇਸ਼ਕ ਕੀ ਭੱਟੀ ਮੈਂ ਜਲਾਕਨ ਕੁੰਦਨ ਕਰਦੀ ਆ ਲਹਿਣੇ ਸੇ ਅੰਗਦ ਅੰਗਦ ਸੇ ਖੁਦਾ ਕਰਦੀ ਆ ਕੋਈ ਪੁੱਛ ਕੇ ਵੇਖੇ ਗੁਰੂ ਅੰਗਦ ਦੇਵ ਮਹਾਰਜ ਨੂੰ ਵੀ ਇਸ਼ਕ ਹੁੰਦਾ ਕਿਵੇਂ ਆ ਉਹਨਾਂ ਦੇ ਇਹੀ ਬਚਨ ਆ ਕਿ ਜਿਸ ਪਿਆਰੇ ਸਿਉ ਨੇ ਤਿਸ ਆਗਿਆ ਮਰ ਚੱਲੀਆ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ ਪ੍ਰੀਤਮ ਕਹਿ ਦੇਸ਼ ਕੈਸੇ ਵਾਤਨ ਸਹਿ ਜਾਈਐ ਪ੍ਰੀਤਮ ਦੇ ਦੇਸ਼ ਗੱਲਾਂ ਨਾਲ ਥੋੜਾ ਨਾ ਜਾਇਆ ਜਾਂਦਾ ਉਹਦੇ ਨਾਲ ਪਿਆਰ ਪਾਉਣਾ ਪੈਂਦਾ ਹੈ ਤੇ ਜਿਹੜਾ ਉਹਦੇ ਨਾਲ ਪਿਆਰ ਪਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਜ ਕਹਿੰਦੇ ਜੋ ਹਰਕਾ ਪਿਆਰਾ ਸੋ ਸਭਨਾ ਕਾ ਪਿਆਰਾ ਉਹਨੂੰ ਸਾਰੀ ਲੁਕਾਈ ਪਿਆਰਾ ਕਰਦੀ ਆ ਉਹ ਇੱਕ ਵਾਰੀ ਪਰਮੇਸ਼ਰ ਨੂੰ ਪਿਆਰ ਕਰਕੇ ਤਾਂ ਵੇਖੇ ਦੁਨੀਆਂ ਦੇ ਨਾਲ ਉਹ ਪਿਆਰ ਤੋੜ ਕੇ ਇੱਕ ਵਾਰੀ ਨਿਰੰਕਾਰ ਦੇ ਨਾਲ ਪਿਆਰ ਪਾ ਕੇ ਦੇਖੇ ਉਹਦੇ ਮਗਰ ਸੰਸਾਰ ਤੁਰਿਆ ਫਿਰਦਾ ਹੈ ਯਾਦ ਰੱਖਿਓ ਜੇ ਚਾਰੇ ਪਾਸੇ ਘੁੱਪ ਹਨੇਰਾ ਸੀ ਕੁਝ ਦੀਵੇ ਜਗਦੇ ਰਹੇ ਇਹ ਦੁਨੀਆਂ ਲੱਭਦੀ ਉਹਨਾਂ ਨੂੰ ਜਿਹੜੇ ਖੁਦ ਨੂੰ ਲੱਭਦੇ ਰਹੇ ਇਹ ਦੁਨੀਆਂ ਲੱਭਦੀ ਉਹਨਾਂ ਨੂੰ ਜਿਹੜੇ ਖੁਦ ਨੂੰ ਲੱਭਦੇ ਰਹੇ ਉਹ ਤਰਕੇ ਤਾਰਨ ਦੁਨੀਆਂ ਨੂੰ ਜਿਨ੍ਹਾਂ ਨੂੰ ਭੇਤ ਸਮੁੰਦਰ ਹੈ ਉਹ ਇਕੱਲੇ ਹੀ ਮੇਲਾ ਲਾ ਲੈਂਦੇ ਕੋਈ ਰੌਣਕ ਜਿਨ੍ਹਾਂ ਅੰਦਰ ਹੈ ਉਹ ਇਕੱਲੇ ਹੀ ਮੇਲਾ ਲਾ ਲੈਂਦੇ ਜਿਨ੍ਹਾਂ ਦੇ ਅੰਦਰ ਰੌਣਕ ਹੁੰਦੀ ਹੈ ਉਹ ਇਕੱਲੇ ਮੇਲਾ ਲਾ ਕੇ ਦਿਖਾ ਦਿੰਦੇ ਆ ਜਿਨ੍ਹਾਂ ਦੇ ਅੰਦਰ ਆਪ ਖੜਾ ਹੋਵੇ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਗੱਲ ਸਮਝ ਜਾਣ ਕਿਹੜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਕੂੜ ਸੋਇਨਾ ਕੂੜ ਰੂਪਾ ਜਿਹੜੇ ਸੋਨੇ ਨੂੰ ਝੂਠ ਕਰਕੇ ਜਾਣ
गुरु नानक दे मरदियां तुसी गल्लां सवाल जवाब सुने कहिंदे सज्जणा तेरियां झुग्गियां दे बराबर महल मुनारे नहीं झुगणे जाए आउंदे वक्त नूं लोकां दे महलां दे विच कोई पैर पावे भावे ना पावे पर तेरी कुली दे विच जाण लई दुनिया तरसेगी जदों 550 साले दा बीजा लगना अद्धे बंदे तरसे पिया भी भाई लालो दे घर दी खूही वेख के आउणी आ भाई लालो दे घर दी खूही वेख के आउणी जिथे गुरु नानक देव महाराज इशनान करदे रहे आ बंदे तरसे पे भी पासपोर्ट ते लगे बीजा जा करतारपुर दा कोरीडोर खुले गुरु नानक देव मरदे गुरु नानक देव मरदे प्यारे भाई लालो दा घर दे के आउणा ओए लाल किले च पता नहीं कोई बड़ू कि नहीं बड़ू तख्तां ताजां दे महलां मुनारे खंडर बन जाणगे उन्हां च कोई जाऊ कि नहीं जाऊ पर तेरे घर नूं देखण लई दुनिया तरसिया करूगी आल वर्ल्ड कहिंदा 550 साले ते भाई लालो दा घर वेखणा ही आ है गुरु नानक देव महाराज दीआं रहमतां गरीबां दा यार सी गुरु नानक देव महाराज जाता पाता नूं पसंद नहीं कीता साडे बाबे ने अज भाई रामा ते बीबी भराई दा दोता कौन गुरु नानक देव महाराज नाना ना जी है भाई रामा ते बीबी भराई नाना नानी जी है भाई रामा ते बीबी भराई दा दोता गुरु नानक देव महाराज नैणा दा नूर अपने नाने नानी दा ते नाल भाई मरदाना जी जी ने 47 साल 564 महीने 16620 दिन रबाब बजाई है और एक गल होर रबाब का वैसे जेकर मैं कल छेड़ना जिहड़ा प्रसंग सी कल गाउणा उहदे च रबाब का बड़ा वड्डा पक्खा पर अज मैं दस जांदा जदों सतगुरु ने अरदासी तो तुरना ते सुल्तानपुर लोधी दे विच गुरद्वारा साहिब है भैरो आना जिथे रबाब सर गुरद्वारा जिथों भाई फरंदे ने रबाब आशकपुर पिंड है भाई फरंदे का रबाब बना के भेजी है रबाबा बड़िया पईआं सी ते भाई मरदाना जी भेजिया दोवें भैण भरावां ने लंगर लाया होया 20 रुपए का एक 20 रुपए का लंगर लाया गुरु नानक देव महाराज ने प्रशादे का एक 20 रुपए का लंगर लाया बेबे नानकी जी ने जिदन रबाब खरीदन जानी है ना भाई मरदाना जी ने ते उदन 20 रुपए बेबे नानकी ने अपने खीसे चो कढ के दिते होए ते एक गल होर सुनियो जे यह है भी बड़े वधिया पक्ष च ते अज दे समें दा सच सुन लियो भाई मरदाना जी नूं गुरु नानक देव महाराज ने कहा सी भी भाई फरंदा थोड़ा जिहा लालची है रबाब है 2 रुपए की आ उस वक्त कीमत पर कहते सज्जना तैं 18 रुपए वध दे के 20 रुपए की रबाब खरीद के लैके आउणी आ एडा महंगा कीर्तन खरीदिया होया गुरु नानक देव महाराज दा असी कीर्तन वालिआं नूं किन्नी कु भेटा दिंदे आ झाती मार लिओ जे असी किते सुखमणी साहब करन वाला 600 रुपया लै जे ना पाठी आए हाए फोन इन्ने आउंदे ना गुरद्वारे की कमेटी नूं भी 500 भेटा सी कि 600 ते हुण कह दिओ खाड़ा लगना रुपये 5 लख की शराब जाऊगी पेटियां कित्थों आउणगीआं ये नहीं पता इन्हां नूं तां चंद्रिआं नूं किते राजस्थान के रेते ते छड्ड दो उत्थे प्रबंध कर लैंदे ने बोतल दा पऊए दा और अखां दा चैकअप कैंप लगता कन्नां दा चैकअप कैंप लगता एडे छोटे छोटे अखरां दे विच बोर्ड लिखे हुंदे अखां दा चैकअप कैंप फ्री कन्नां दा चैकअप कैंप फ्री कैंसर दा चैकअप कैंप फ्री ते हुण अच्छा ए चीज ए एडी जरूरी है ए लाल अखरां च बड़ा बड़ा करके लिखा हुंदा ठेका शराब देसी पता क्यों भी जिहदी किते 10 नंबर दी भी है ना कहना निगाह घट आ किते ओह भी ना रह जावे देखे तो बिना चंद्रा ਉਹ ਵੀ ਨਾ ਰਹਿ ਜਵੇ ਆ ਤੁਸੀਂ ਜਾਇਓ ਕੁਹਾੜੇ ਰੋਡ ਦੇ ਉੱਤੇ ਠੱਠਾ ਠੇਕਾ ਸਿੱਧਾ ਹੀ ਕੰਮ ਮੁਕਾਤਾ ਨਾ ਅੰਗਰੇਜ਼ੀ ਨਾ ਦੇਸੀ ਹੁਣ ਤੁਹਾਡੇ ਪੁੱਤਰਾਂ ਧੀਆਂ ਨੂੰ ਠੱਠਾ ਠੇਕਾ ਪੜਾਉਣਾ ਅਗਲਿਆ ਠੱਠਾ ਠੇਕਾ ਤੇ ਜਦੋਂ ਪੜਨਾ ਹੀ ਠੱਠਾ ਠੇਕਾ ਤੇ ਜਾਣਗੇ ਵੀ ਠੇਕੇ ਤੇ ਹੀ ਸਾਨੂੰ ਇੱਕ ਦਿਨ ਮਾਤਾ ਨੇ ਪੁੱਛਿਆ ਕਹਿੰਦੀ ਹੁਣ ਨਹੀਂ ਹਰੀ ਸਿੰਘ ਨੜੂਆ ਜੰਮਦਾ ਹੁਣ ਨਹੀਂ ਬਾਬਾ ਦੀਪ ਸਿੰਘ ਜੰਮਦਾ ਮੈਂ ਕਿਹਾ ਤੇਰੇ ਪੋਤੇ ਕਹਿੰਦੇ ਟੌਮ ਐਂਡ ਜੈਰੀ ਦੇਖਦਾ ਮੈਂ ਕਿਹਾ ਫਿਰ ਵੱਡੇ ਹੋ ਕੇ ਚੂਹਾ ਬਿੱਲੀ ਉਹ ਬਣ ਕੇ ਹੋਰ ਹਰੀ ਸਿੰਘ ਨੜੂਆ ਕਿੱਥੋਂ ਭਾਲਦੀ ਫਿਰਦੀ ਆ ਕਿੱਥੋਂ ਕਿੱਧਰੋਂ ਸ਼ੀਤਾ ਦੇ ਨਾਂ ਭਾਲਦੇ ਫਿਰਦੇ ਹੋ ਤੁਸੀਂ ਛੋਟਾ ਭੀਮ ਦਿਖਾਈ ਜਾਂਦੇ ਹੋ ਵੱਡਾ ਹੋ ਕੇ ਛੋਟਾ ਭੀਮ ਹੀ ਬਣੂਗਾ ਸ਼ਜੂਕਾ ਦਿਖਾਈ ਜਾਂਦੇ ਹੋ ਕਾਰਟੂਨੀ ਕੰਠ ਕਰਾਈ ਜਾਂਦੇ ਹੋ ਸ਼ੀਤਾ ਦੇ ਨਾਂ ਤੁਸੀਂ ਨਹੀਂ ਕੰਠ ਕਰਾਉਣੇ ਪਰ 28 ਸਾਲ ਦੀ ਮੇਰੀ ਉਮਰ ਹੋ ਗਈ ਨਿਆੜਿਆਂ ਨੂੰ ਉਹੀ ਪੋਈ ਮੂੰਹ ਪਰ ਪੰਖਾ ਚਲਤਾ ਨੀਚੇ ਬੇਬੀ ਸੋਤੀ ਖਾ ਲਓ ਬੇਟਾ ਮੂੰਫੜੀ ਮੂੰਫੜੀਆਂ ਦੇ ਟਰੱਕ ਖਾ ਲਏ ਪੰਜਾਬੀਆਂ ਨੇ ਨਿਆੜਿਆਂ ਨੂੰ ਸ਼ੀਤਾ ਦੇ ਨਾਂ ਨਹੀਂ ਕੰਠ ਕਰਾਏ ਭੂਆ ਆਏਗੀ ਪੁੱਤ ਕੈਨੇਡਾ ਤੋਂ 2000 ਦਾ ਪਿੰਕ ਕਲਰ ਦਾ ਨੋਟ ਦੇਗੀ ਆ ਪੋਇਮ ਸੁਣਾਈ ਜਪਜੀ ਸਾਹਿਬ ਤੈਨੂੰ ਕੰਠ ਹੋਵੇ ਨਾ ਹੋਵੇ ਇਹ ਤਾਂ ਕੰਮ ਗਰੰਤੀਆਂ ਰਾਗੀ ਸਿੰਘਾਂ ਦਾ ਸਾਡਾ ਥੋੜਾ ਨਾ ਕੰਮ ਹੈ 600 ਰੁਪਿਆ ਲੈ ਜਾਵੇ ਕਿਤੇ ਸੁਖਮਣੀ ਸਾਹਿਬ ਕਰਨ ਵਾਲਾ ਆਏ ਹਾਏ ਹਾਏ 20 ਰੁਪਏ 18 ਰੁਪਏ ਮਹਿੰਗਾ ਕੀਰਤਨ ਖਰੀਦਿਆ ਤੇ ਰਬਾਬ ਪਈ ਸੀ ਕਹਿੰਦੇ ਸੱਜਣਾ ਉਹ ਰਬਾਬ ਦਿਖਾ ਕਹਿੰਦਾ ਸੁਣ ਲੈ ਇਹ ਰਬਾਬ ਨਹੀਂ ਦੇਣੀ ਭਾਈ ਫਰੰਦਾ ਕਹਿੰਦਾ ਕਹਿੰਦਾ ਇਹ ਤਾਂ ਨਾਨਕ ਸ਼ਾਹ ਫਕੀਰ ਵਾਸਤੇ ਆ ਤੇ ਜਦੋਂ ਭਾਈ ਮਰਦਾਨਾ ਸੁਰ ਕਰਕੇ ਵਜਾਉਣ ਲੱਗਿਆ ਨਾ ਕਹਿੰਦਾ ਸੁਣ ਲੈ ਮੈਨੂੰ 18 ਰੁਪਏ ਵੱਧ ਦਿੱਤੇ ਮੈਂ ਤੈਨੂੰ 20 ਦੇ 20 ਮੋੜ ਦਿੰਦਾ ਮੈਂ 20 ਰੁਪਏ ਵੀ ਨਹੀਂ ਰੱਖਣੇ ਇਹ ਨਾ ਸੋਚੀ ਵੀ ਲਾਲਚੀ ਆ ਇੱਕ ਮੰਗ ਹੋਰ ਹੈ ਭਾਈ ਮਰਦਾਨਾ ਜੀ ਕਹਿੰਦੇ ਸ਼ਾਇਦ ਗੁਰੂ ਨਾਨਕ ਦੇਵ ਮਰਨੇ ਸੱਚ ਹੀ ਕਿਹਾ ਸੀ ਵੀ ਲਾਲਚੀ ਆ
की गल होगी? कहिंदा इला लालची नहीं है, आ 20 रुपए ले ला, पर एक शर्त है, एक मंग है। कहिंदे मंग, कहिंदे मंग ए है, मैं तैनू 20 रुपए भी वापस देने नू तैयार हां, मैं इन्ना लालची नहीं है। ए रबाब जे बजाउणी होगी ते गुरु नानक साहब सामने बजाई, होर किसे ना बजाई। कमाल दी बात है, कौडे ने भी क्या होगा देखण तो बाद, बाबर ने क्या होगा, मलक भागो वर्गिया ने क्या, उन्हें किसे दे कहे दे रबाब नहीं बजाई। अज तक ढाटिया रागिया दियां रबाबा कदे एमएलएयां दे नाउ ते, कदे पार्टियां दे नाउ दे उते, किदे किदे नाउ ते रबाब बजदी आ। 6 साल कथा बात करिया ते 5 साल ढाटी जत्थे च हो गए, 10 साल हो गए प्रचारक दी लैन दे विच ते 28 साल हो गए मेरे उस्ताद जी नूं लैक्चर करदियां नूं। आओ गुरु बख्शाई करे, स्टेज दे उत्ते खड़ के इको दिल चास पा लिया भी गुरु लई रबाब बजावे साडा ढाटी। असीं किसे बंदे लई रबाब नहीं बजाउणी, क्योंकि भाई मरदाने ने किसे बंदे लई रबाब नहीं बजाई, उहने गुरु नानक महाराज लई रबाब बजाई आ। आओ रबाबा साडे घर दे विच बजण, गुर घर घर अंदर धर्मशाल होवे कीर्तन सदा बसोआ, पर साडियां रबाबा उस अकाल पुरख गुरु नानक साहब वास्ते बजण, किसे बंदे वास्ते ना बजण, किसे औहदे वास्ते ना बजण। आओ किसे तो कुछ नहीं जे चाहिदा, इधर 18 रुपए महंगा कीर्तन खरीदया सी ते अज महंगा की कीता पिया गंद, अज महंगा की कीता पिया लच्चरपुणा। आओ झाती मारीए किते, गुरु नानक देव महाराज खड़ के जाके भाई मरदाना जी नाल, ते ए भी देख के मलक भागो दियां अखां अड्डियां रह गईयां भी नाल मरासियां दे पुत नूं, एक मुसलमाना दे पुत नूं लई फिरदा। चलो ते सवाल पाया सी ना कि क्यों पसंद लालो दी गुल्ली, की लगी आ मेरी पूड़ी नूं गुल्ली, भोजन क्यों परवान नहीं मेरा दसो, ये अपमान नहीं मेरा दसो, मेरा 36 प्रकार का भोजन क्यों नहीं खान आए। अखीर बनाई पई आ 10 तरह की, दोंग पिंड की जमीन जिथे कड़ाह प्रसाद बनी ना, उत्थे भाई तारा नाल दो चीजा लैके आया सीगा तुंग पिंड की धरती दे उत्ते, एक खीर ते एक माल पुड़े, ते उन्हें छन्ना भरिया खीर दा, ते गुरु नानक देव महाराज दे बुल्लां को कीता, कहिंदा सतगुरु खीर छको। गुरु नानक देव महाराज ने वो खीर दा बाटा, वो खीर दा छन्ना, डूंगा भी कहिंदे उन्हूं मालवी बोली दे विच, वो छन्ना भाई मरदाना जी दे बुल्लां को कर दिता। जदों भाई मरदाना जी दे बुल्लां को कीता ना वो बाटा, ते भाई मरदाना जी दे अखां चों हंझू आ गए, कहिंदे सतगुरु साडियां तां पुछतां चों किसे ने खीर नहीं छकी, साडियां तां पुछतां चों किसे ने खीर नहीं छकी, साडे तां कदे घरे नहीं खीर बनी, ए तुहाडे लई आई आ, तुसीं छको। आ तरस है गुरु नानक दा, खीर जिहड़ी इक सभ्याचार कोश है। खीर जां तां बणदी सी एमएलए दे घरे, जां पंच घरे, जां सरपंच घरे, जां मंत्रियां घरे, आम बंदा खीर नहीं सी बना सकदा। गुरु नानक देव मर कहिंदे भाई मरदाने अज खीर दा बाटा बुल्लां नूं तू ला जा, जा तुंग पिंड दी धरती तो बख्शिशा कीती आ, अज जे तू खीर छक गया आउंदे वक्त नूं भारत दा बच्चा बच्चा खीर छकूगा। अज घरां च खीर रजदी गुरु नानक दीआं मेहर रामतां ने, गुरु नानक दीआं आ तरस कीते होए आ गुरु नानक दे मर जावें नहीं आख्या जांदा यार गरीबां दा। ते सतगुरु कहिंदे तू पुछना चाहुंदा, तेरे सवालां दीआं झड़ियां ने ना मेरे ते, आ जवाब सुण, जवाब सुन। हजारा सिंह मुस्ताक की एक कविता दशमेश गुरु नानक 1911 की, गुरु नानक देव महाराज जवाब देन लगे आ, कहिंदे सुन तू पुछदा भी मेरा 36 प्रकार का भोजन क्यों नहीं छकिया, मैं भोजन 36 प्रकार के नहीं खाने, मैं खाता हाँ गरीबां का गम भागो, मैं भरता रवांगा बेदोशियां दे दम अंदर, मेरे दम अंदर जा तक दम भागो। ओ अखां हुंदिया भी नजर ना आए तेनू, लखां नैण रोंदे छम छम भागो, ए सुंदर गलीचे नहीं भोलिया भुलदा ए, ए तू लोकां दा लाया चम भागो, ओए भगत दा दरख्तां दी छिल भी नहीं लाउंदे, ओ तू गरीबां दी लाउना छिल मलका, ओ तू गरीबां दी चरबी दा घिओ पा के तकड़े दुखी मजलूमां दे दिल मलका। ते तू पुछदा ना भी भाई लालो दे घरे क्यों गया, सुन भाई लालो लोकां दे कोठे उसारदा ए ते तू जीआं ते कहर गुजारदा ए, भाई लालो करके शुक्र गुजारदा ए तू तू जिउंदे बंदिआं नूं मारदा ए, भाई लालो अपने मन नू मारिया है ते तू पता नहीं किन्नियां दी रोजी रोटी मारदा है। मैं भोजन 36 प्रकार दे नहीं खाने, मैं खांदा हां गरीबां दा गम भागो। ओए आ जिहड़ा लंगर लाई फिरदा ना किसे दीआं कमाईआं खा के, गुरु नानक देव महाराज ते भाई मरदाना जी ने कीर्तन कीता, रबाब दीआं दमकदीआं सुरां दे विचों शब्द होया कि हक पराया नानका ओ सूअर उस गाए, गुर पीर हामा तां परे जा मुरदारना खाए, लभ कुत्ता कूड़ चूड़ा
ठग खादा मुरदार सजना ठगियां मार के कमाया धन ये मुरदिया के खाण के बराबर है बहु परपंच कर परतन लिया सुत दारा पै आण लुटावे मन मेरे भूले कपट ना कीजे अंतन बेरा तेरे जी पै लीजे आ जेड़ा लंगर लाई फिरदा लाओ रज रज के लंगर 550 साले ते लायो पर गुरु नानक देव मरदा एक जवाब सुन लियो ये जवाब कला मलक भागो नहीं है नहीं आ जिथे तक अज आवाज आ रही है ना आ कीर्तन के रूप के अंदर ढाडी कला की प्रसंग की आखिरी बनकी के रूप के सुनियो गुरु नानक देव मर्ज बन उन्होंने जवाब है सुल्तानपुर लोधी बड़िया ने जाना हुण 550 साले ते सारी सिख संगत ने मत्था टेक के आना उन्हां बट्टिया नूं भी मत्था टेकया जाएगा जिन्हां बट्टिया नाल गुरु नानक देव मर ने 13-13 तोलिया पर कोई बिरला ही होएगा जिहड़ा उन्हां बट्टिया को खड़ के प्रण करके आएगा कि सतगुरु तेरे बट्टिया को खड़ के असी प्रण करते हैं जिवें तैं 13-13 तोलिया साडी दुकान ते कोई भला बंदा आ जाएगा असी उहदे को वध पैसे नहीं लवांगे असी 20 रुपए की चीज 100 रुपए च नहीं कमावांगे असी इमानदारी की कमाई कमांगे सज्जणा ईमानदारी की दसा नौ की कमाई है ना जी किरत दुध वर्गी जी तू रोटी लाई फिरदा ना जरा 36 प्रकार का तू भोजन लाई फिरदा यह तो लहू दे बराबर है ठगियां मार के कमाउणा मुरदियां दे खाण दे बराबर आ सुन लो गुरु नानक देव मर जवाब देण लगे हो अपने सारे आसा वास्ते आ आपां भी कई बारी लंगर लवाउने आ पिंड दे विच चौंक दे विच पर जे ठगियां मार के कमाया लाया होया लंगर है गुरु नानक देव मर जी कहिंदे सजणा असी रब दे आशक है इह गल रब नूं भी नहीं पौंदी कहिड़ी लुट दी कमाई दा लंगर कदे रब नूं नहीं पा Oh,
पर तै खरीद ले तेरे कोल पैसा है हले हथ पर पंछी उड जावना फिर खावा कैसा है अरे मद ठेकेदार तै खरीद ले तेरे कोल पैसा है हले हथ पर पंछी उड जावना फिर खावा कैसा है लुट दी कमाई दा लंगर कदे भी रब नू नी पावदा लुट दी कमाई दा लंगर कदे भी रब नू नी पावदा हो लुट दी कमाई दा लंगर कदे भी रब नू नी पावदा भाई गुरदास जी दे बचन है हाथ पाओ कर काम सब चीत नरंजन नाल दो गल्लां बोल के फतेह बुलाउण लगे हैं भाई लालो जी वर्गियां नूं माण दे के सिद्ध कीता जड़ी बाबू फरोजदीन शरफ ने लिखी है गल रुतबे शाहां दे रख दे जग उत्ते तेरे बूहे दे जड़े फकीर नानक पक्की संद है स्वर्ग वास्ते तेरी पाटी गोदड़ी दी लीर नानक तेरे पैरां दी मली जिस खाक पिंडे कुंदन हो गया उहदा शरीर नानक भला बंदे की हकीकत रखदे ने कड्डे पत्थरां विचों नीर नानक भन्ने गए उस थां ठीकरे ठाकरां दे जिधर नूं घत के गए वहीर नानक भाई लालो जी दी इक बेटी सी ਉਹ ਤਾਤਲੇ ਪਿੰਡ ਵਿਆਹੀ ਹੋਈ ਸੀ ਹੁਣ ਉਸ ਪਿੰਡ ਦਾ ਨਾਂ ਤਾਤਲੀ ਵਾਲਾ ਵੀ ਹੈ ਤਾਤਲੀ ਆਣਾ ਵੀ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਹੁਣ ਉੱਥੇ ਵੰਸ਼ ਰਹਿੰਦੀ ਹੈ ਕਿ ਨਹੀਂ ਰਹਿੰਦੀ ਇਹ ਹਲੇ ਤੱਕ ਸਬੂਤ ਨਹੀਂ ਮਿਲੇ ਪਰ ਇਹਨਾਂ ਵੀ ਭਾਈ ਤਾਤਲੇ ਤਾਤਲੇ ਪਿੰਡ ਦੇ ਵਿੱਚ ਭਾਈ ਲਾਲੋ ਜੀ ਨੇ ਆਪਣੀ ਬੇਟੀ ਨੂੰ ਵਿਆਹਿਆ ਸੀ ਤੇ ਗੁਰੂ ਨਾਨਕ ਦੇ ਮਰਜ਼ ਜ਼ਰੂਰ ਭਾਈ ਲਾਲੋ ਜੀ ਦੀ ਬੇਟੀ ਦੇ ਆਨੰਦ ਕਾਰਜ ਮੌਕੇ ਪਹੁੰਚੇ ਸੀ ਤੇ ਜਿਹੜੇ ਸ਼ਬਦ ਗੁਰੂ ਨਾਨਕ ਦੇ ਮਰਜ਼ ਨੇ ਉਚਾਰਨ ਕਰਨੇ ਆ ਸੱਤ ਵਾਰ ਗੁਰੂ ਗ੍ਰੰਥ ਸਾਹਿਬ ਮਰਜ਼ ਦੇ ਵਿੱਚ ਭਾਈ ਲਾਲੋ ਜੀ ਦਾ ਨਾਂ ਆਇਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾਲੋ ਗੁਰੂ ਨਾਨਕ ਦੇ ਮਰ ਦੇ ਸਿੱਖਾਂ ਦੇ ਵਿੱਚੋਂ ਭਾਈ ਲਾਲੋ ਜੀ ਦਾ ਸੱਤ ਵਾਰ ਗੁਰੂ ਗ੍ਰੰਥ ਸਾਹਿਬ ਮਰ ਦੇ ਵਿੱਚ ਨਾਂ ਆਇਆ ਉਸ ਸ਼ਬਦ ਦੇ ਵਿੱਚ ਭਾਈ ਲਾਲੋ ਜੀ ਤੇ ਐਡਾ ਪਰਉਪਕਾਰ ਕੀਤਾ ਹੈ ਔਰ ਭਾਈ ਲਾਲੋ ਜੀ ਦੇ ਘਰੇ ਇੱਕ ਭਵਿੱਖਿਅਤ ਬਚਨ ਕੀਤੇ ਸਨ ਜੋ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੇ ਵਿੱਚ ਲਿਖੇ ਆ ਉਹ ਦੋ ਗੱਲਾਂ ਕਹਿ ਕੇ ਮੈਂ ਫਤਿਹ ਬੁਲਾਉਣ ਲੱਗਿਆ ਔਰ 550 ਸਾਲਾਂ ਉਹਨਾਂ ਬਚਨਾਂ ਨੂੰ ਗਿਲਦੇ ਪਲ ਪਾਲੀਏ ਉਹ ਬਚਨ ਕਿਹੜੇ ਸਨ ਭਵਿੱਖਿਅਤ ਉਹ ਭਵਿੱਖਿਅਤ ਬਚਨ ਇਹ ਸਨ ਕਿ ਜੇ ਇਹ ਸਿੱਖ ਜਿਹੜੇ ਮੈਂ ਸਾਜ ਚੱਲਿਆ ਗੁਰੂ ਨਾਨਕ ਦੇ ਮਰਜ਼ ਗੁਰੂ ਨਾਨਕ ਦੇ ਮਰ ਦੇ ਬਚਨ ਆ ਜਿਹੜੇ ਮੇਰੇ ਸਿੱਖ ਆ ਜਿਹੜੇ ਮੈਂ ਸਜਾ ਚੱਲਿਆ ਇਹ ਸਿੱਖ ਜੇ ਕਿਤੇ ਇਕੱਠੇ ਰਹਿਣ ਗਏ ਫਿਰ ਤਾਂ ਹੋਰ ਮੁਲਕਾਂ ਤੇ ਵੀ ਰਾਜ ਕਰਨਗੇ ਤੇ ਜੇ ਆਪਸ ਦੇ ਵਿੱਚ ਲੜਨਗੇ ਫਿਰ ਹਿੰਦੁਸਤਾਨ ਦੇ ਵਿੱਚ ਹੀ ਦੁੱਖ ਪਾਉਂਦੇ ਰਹਿਣਗੇ ਆਓ ਗੁਰੂ ਨਾਨਕ ਦੇ ਮਰ ਦੇ ਉਹਨਾਂ ਬੋਲਾਂ ਤੇ ਫੁੱਲ ਚਾੜੀਏ ਜਿਹੜੇ ਭਵਿੱਖਿਅਤ ਬਚਨ ਆ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੇ ਵਿੱਚ ਲਿਖੇ ਹੋਏ ਆ ਜਿਹਨੂੰ ਵਿਦਵਾਨ ਮੰਨਦੇ ਆ ਵੀ ਗੁਰੂ ਨਾਨਕ ਦੇ ਮਰ ਦੇ ਭਵਿੱਖਿਅਤ ਬਚਨ ਆਓ ਇੱਕ ਨਿਸ਼ਾਨ ਸਾਹਿਬ ਇੱਕ ਅਕਾਲ ਤਖਤ ਸਾਹਿਬ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਅਕਾਲ ਤਖਤ ਦੀ ਰਹਿਤ ਮਰਿਆਦਾ ਇੱਕ ਸਿਧਾਂਤ ਦੇ ਆਲੇ ਦੁਆਲੇ ਇਕੱਠੇ ਹੋਈਏ ਤਾਂ ਗੁਰੂ ਨਾਨਕ ਦੇ ਮਰ ਦੀਆਂ ਰਹਿਮਤਾਂ ਵਰਤਣਗੀਆਂ ਹੋਰ ਦੇਸ਼ਾਂ ਤੇ ਵੀ ਰਾਜ ਕਰਾਂਗੇ ਜੇ ਸਾਡੇ 'ਚ ਫੁੱਟ ਪੈਂਦੀ ਰਹੀ ਫਿਰ ਹਿੰਦੁਸਤਾਨ 'ਚ ਹੀ ਦੁੱਖ ਪਾਉਂਦੇ ਰਵਾਂਗੇ ਆਓ ਇਸ ਦੁੱਖ ਨੂੰ ਦੂਰ ਕਰੀਏ ਤੇ ਕੌਮ ਦੀ ਝੋਲੀ ਦੇ ਵਿੱਚ ਆਪ ਆਪਣੇ ਤੌਰ ਦੇ ਉੱਤੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਸਾਡੇ ਸਿਰ ਤੇ ਦਸਤਾਰਾਂ ਸਜਾਈਆਂ ਗੁਰੂ ਨਾਨਕ ਦੇ ਮਰਜ਼ 5000 ਸਾਲ ਭਾਰਤ ਦੀ ਪੱਗ ਲੈਂਦੀ ਰਹੀ 15 ਭਗਤਾਂ ਤੇ ਇੱਕ ਗੁਰੂ ਨਾਨਕ ਦੇ ਮਰਜ਼ ਉਹ ਤੋਂ ਬਾਅਦ ਜਿੰਨੇ ਸਿੱਖ ਸ਼ਹੀਦ ਹੈ ਇਹਨਾਂ ਸਾਰਿਆਂ ਸ਼ਹੀਦਾਂ ਨੇ ਭਾਰਤ ਦੀ ਪੱਗ ਦੁਬਾਰਾ ਭਾਰਤ ਦੇ ਸਿਰ ਤੇ ਰੱਖੀ ਆ ਆਪਾਂ ਪੱਗਾਂ ਵਾਲੇ ਆ ਆਪਾਂ ਪੱਗਾਂ ਵਾਲਿਆਂ ਦੁਨੀਆ ਨੂੰ ਦੱਸਣਾ ਇੱਕ ਗੱਲ ਕਿ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਾਹ ਬੈਸਣ ਪਾਈਆ ਆਪਾਂ ਪੱਗਾਂ ਵਾਲਿਆਂ ਦੁਨੀਆ ਨੂੰ ਇੱਕ ਗੱਲ ਦੱਸਣੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੇ ਘਰ ਦੇ ਵਿੱਚੋਂ ਰੋਜ਼ ਅਰਦਾਸ ਹੁੰਦੀ ਆ ਸਰਬੱਤ ਦੇ ਭਲੇ ਦੀ ਤੇ ਮੰਗਦੇ ਸੀ ਤੇ ਮੰਗਦੇ ਰਵਾਂਗੇ ਆਓ ਸਰਬੱਤ ਦੇ ਭਲੇ ਲਈ ਕੌਮ ਦੇ ਵਿਹੜੇ ਦੇ ਵਿੱਚੋਂ ਕੁਝ ਨਾ ਕੁਝ ਸਿਧਾਂਤ ਦੇ ਰੂਪ ਦੇ ਅੰਦਰ ਤੇ ਇਨਸਾਨੀਅਤ ਦੇ ਰੂਪ ਦੇ ਅੰਦਰ ਕੁਝ ਨਾ ਕੁਝ ਕਰਦੇ ਰਹੀਏ ਇੰਨੀ ਕੁ ਬੇਨਤੀ ਕਰੋ ਪ੍ਰਵਾਨ ਬੁਲਾਓ ਫਤਿਹ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।